ਕਿਤੇ ਡਾਲਰਾਂ ਦੀ ਮਹਿਕ ਨਾ ਗਵਾਜੇ ਪੰਜਾਬੀ ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ ਜਿੱਥੇ ਭਰੇ ਕੋਈ ਹੁੰਗਾਰਾ ਉੱਥੇ ਬਾਤ ਖੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਪੰਜਾਬੀ ਬੋਲੀ ਦੀ ਗੱਲ ਪੰਜਾਬੀ ਦੇ ਵਿੱਚ ਅਤੇ ਪੰਜਾਬੀਆਂ ਦੇ ਨਾਲ ਕਰਨ ਵਾਸਤੇ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਏ ਅਤੇ ਨਾਲ ਦੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਦਾ ਲਾਈਵ ਸ਼ੋਅ ਥੋੜ੍ਹਾ ਵੱਖਰਾ ਹੋਏਗਾ ਜੀ ਬਾਕੀ ਸ਼ੋਅ ਨਾਲੋਂ ਬਾਕੀ ਦਿਨਾਂ ਨਾਲੋਂ। ਬਾਕੀ ਦਿਨਾਂ ਦੇ ਵਿੱਚ ਅਸੀਂ ਕੋਈ ਨਾ ਕੋਈ ਵਿਸ਼ਾ ਰੱਖਦੇ ਹਾਂ ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਲੈਂਦੇ ਹਾਂ। ਅੱਜ ਪਹਿਲੇ ਦੋ ਸੈਗਮੈਂਟ ਜਿਹੜੇ ਹੈਗੇ ਨੇ ਲਗਭਗ 8 ਵਜੇ ਤੱਕ ਪੈਸੀਫਿਕ ਟਾਈਮ ਅਤੇ ਬਹੁਤ ਹੀ ਵਧੀਆ ਜਾਣਕਾਰੀ ਦੇਣ ਵਾਸਤੇ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਆਏ ਨੇ। ਮੁੱਕਦੀ ਗੱਲ ਇਹ ਕਹੀਏ ਜੀ ਕਿ ਇਧਰਲੇ ਮੁਲਕਾਂ ਦੇ ਵਿੱਚ ਉਹਦੇ ਬਿਨਾਂ ਸਰਦਾ ਨਹੀਂ, ਕਿਤੇ ਨਾ ਕਿਤੇ ਵਾਹ ਵਾਸਤਾ ਜ਼ਰੂਰਤ ਹਰ ਜਗ੍ਹਾ ਪੈਂਦੀ ਹੈ, ਹਰ ਬੰਦੇ ਨੂੰ ਪੈਂਦੀ ਹੈ। ਔਰ ਉਹ ਤੁਸੀਂ ਕੋਈ ਵੀ ਤੁਹਾਡੀ ਸਮੱਸਿਆ ਹੋਵੇ ਉਸ ਸੰਬੰਧ ਦੇ ਵਿੱਚ, ਖਾਸ ਤੌਰ 'ਤੇ ਚਲੋ ਆਪਾਂ ਕਲੀਅਰ ਕਰ ਦਿੰਦੇ ਹਾਂ, ਕੋਈ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਕੋਈ ਬੈਂਕਰਪਸੀ ਦੀ ਗੱਲ ਕਰਦੇ ਹਾਂ, ਕੋਈ ਕਿਸੇ ਵੀ ਤਰ੍ਹਾਂ ਦੀ ਗੱਲ ਕਰਦੇ ਹਾਂ, ਅੱਜ ਲਾਈਵ ਕਾਲਿੰਗ ਦੇ ਵਿੱਚ ਤੁਸੀਂ ਆਪਦਾ ਕੋਈ ਵੀ ਸਵਾਲ ਹੈਗਾ ਉਹ ਕਰ ਸਕਦੇ ਹੋ। ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਆਏ ਨੇ ਬੜੇ ਵਧੀਆ ਜਿਹੜੇ ਕਿ ਆਪਾਂ ਨੂੰ ਜਾਣਕਾਰੀ ਦੇਣਗੇ ਅਤੇ ਇਹਨਾਂ ਦਾ ਨਾਲ ਨੰਬਰ ਵੀ ਆਏਗਾ ਅਤੇ ਜਦੋਂ ਲੰਬੀ ਗੱਲ ਕਰਨੀ ਹੈ ਤਾਂ ਇਹਨਾਂ ਨੂੰ ਆਫਿਸ ਟਾਈਮ ਇਹਨਾਂ ਉਸ ਨੰਬਰ 'ਤੇ ਗੱਲ ਕਰ ਸਕਦੇ ਹੋ। ਨੰਬਰ ਤੁਸੀਂ ਹੁਣ ਨੋਟ ਕਰ ਲਿਓ। ਗੱਲ ਕਰੀਏ ਜੀ, ਅਸੀਂ ਇੱਥੇ ਹਮੇਸ਼ਾ ਗੱਲ ਕਰੀਦੀ ਹੈ, ਬਹੁਤ ਸਾਰੇ ਸਾਡੇ ਚੈਨਲ ਦੇ ਉੱਪਰ ਆਉਂਦੇ ਨੇ ਇਮੀਗ੍ਰੇਸ਼ਨ ਵਾਲੇ, ਪਰ ਸਾਡੇ ਕੈਲੀਫੋਰਨੀਆ ਦੀ ਵੀ ਗੱਲ ਕਰੀਏ ਤਾਂ ਪਹਿਲੀ ਵਾਰ ਸਾਡੇ ਸਟੂਡੀਓ ਦੇ ਵਿੱਚ ਆਏ ਨੇ। ਧਾਲੀਵਾਲ ਲਾ ਗਰੁੱਪ ਹੈ ਜੀ, ਇਹਨਾਂ ਦਾ ਆਫਿਸ ਸਟੋਕਟਨ ਦੇ ਵਿੱਚ ਵੀ ਹੈ ਅਤੇ ਬੇ ਏਰੀਏ ਦੇ ਵਿੱਚ ਵੀ ਹੈਗਾ ਅਤੇ ਇਹ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਰਤਨਦੇਵ ਸਿੰਘ ਜੀ ਧਾਲੀਵਾਲ ਅਤੇ ਨਾਲ ਉਹਨਾਂ ਦੇ ਨੇ ਗੁਰਮੀਤ ਸਿੰਘ ਸੈਣੀ ਸਾਹਿਬ। ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਜੀ। ਜੀ ਧਾਲੀਵਾਲ ਸਾਹਿਬ ਮੇਰੇ ਬਿਲਕੁਲ ਨਾਲ ਬੈਠੇ ਨੇ ਜੀ, ਰਤਨਦੇਵ ਧਾਲੀਵਾਲ ਸਾਹਿਬ ਅਟੋਰਨੀ ਨੇ, ਔਰ ਨਾਲ ਦੀ ਨਾਲ ਇਹਨਾਂ ਦੀ ਇੱਕ ਹੋਰ ਜਿਹੜੀ ਖਾਸ ਖੂਬੀ ਹੈ ਜਿਹੜੀ ਅਸੀਂ ਸਾਡੇ ਦਰਸ਼ਕਾਂ ਸਾਹਮਣੇ ਲੈ ਕੇ ਆਉਣੀ ਆ ਉਹ ਇਹ ਵੀ ਹੈ ਕਿ ਇਹਨਾਂ ਨੂੰ ਇੰਨੀ ਕੁ ਜਾਣਕਾਰੀ ਹੈਗੀ ਹੈ ਵਿਰਸੇ ਦੀ, ਸਾਡੇ ਇਤਿਹਾਸ ਦੀ, ਜਿਹਦਾ ਹਿਸਾਬ ਕੋਈ ਨਹੀਂ, ਚੱਲਦੀ ਫਿਰਦੀ ਯੂਨੀਵਰਸਿਟੀ ਨੇ ਜੀ ਇਹ। ਰਤਨਦੇਵ ਸਿੰਘ ਧਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਅਤੇ ਨਾਲ ਗੁਰਮੀਤ ਸਿੰਘ ਸੈਣੀ ਸਾਹਿਬ ਇਹਨਾਂ ਦੇ ਸਾਥੀ ਨੇ ਜੀ ਆਫਿਸ ਦੇ ਵਿੱਚ, ਅਤੇ ਦੋਨੋਂ ਸਾਡੇ ਸਟੂਡੀਓ ਦੇ ਵਿੱਚ ਆਏ ਨੇ, ਜਾਣਕਾਰੀ ਇਹਨਾਂ ਕੋਲ ਲਵਾਂਗੇ। ਨਾਲ ਇੱਕ ਵਾਰ ਫਿਰ ਮੈਂ ਦੱਸ ਦਿਓ ਸਾਡੇ ਦਰਸ਼ਕ ਨੂੰ, ਨੰਬਰ ਸਕਰੀਨ 'ਤੇ ਸਟੂਡੀਓ ਦਾ ਤਾਂ ਆਉਂਦਾ ਹੀ ਆਉਂਦਾ ਰੋਜ਼ ਜਿੱਥੇ ਤੁਸੀਂ ਕਾਲ ਕਰਦੇ ਹੋ, ਅਤੇ ਨੰਬਰ ਸਕਰੀਨ 'ਤੇ ਇਹਨਾਂ ਦੇ ਵੀ ਆ ਰਹੇ ਨੇ। ਕੋਈ ਲੰਬੀ ਗੱਲ ਕਰਨੀ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਿਓ, ਕੋਈ ਛੋਟਾ ਸਵਾਲ ਹੋਵੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਤਾਂ ਜ਼ਰੂਰ ਹੁਣ ਕਾਲ ਕਰ ਸਕਦੇ ਹੋ। ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਰਤਨਦੇਵ ਧਾਲੀਵਾਲ ਸਾਹਿਬ ਤੁਹਾਡੇ ਨਾਲ, ਕਿ ਤੁਸੀਂ ਇੱਥੇ ਆਏ ਹੋ, ਆਪ ਤੁਹਾਡਾ ਧਾਲੀਵਾਲ ਲਾ ਗਰੁੱਪ ਦਾ ਇੱਕ ਨਾਮ ਹੈ। ਅਸੀਂ ਅਗਰ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਜਦੋਂ ਅਸੀਂ ਆਏ ਹਾਂ ਤਾਂ ਸਾਨੂੰ ਜਿੱਥੇ ਬਹੁਤ ਸਾਰੇ ਹੋਰ ਲੋਕਾਂ ਦੇ ਨਾਮ ਪਤਾ ਲੱਗੇ ਸੀ, ਨਾਲ ਨਾਲ ਪਤਾ ਲੱਗਿਆ ਸੀ ਵੀ ਇਹ ਬਹੁਤ ਮਸ਼ਹੂਰ ਨੇ, ਉੱਥੇ ਧਾਲੀਵਾਲ ਲਾ ਗਰੁੱਪ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਨਾਮਵਰ ਸ਼ੁਰੂ ਤੋਂ ਹੀ ਤੁਹਾਡਾ ਆਫਿਸ ਹੈਗਾ, ਅਤੇ ਧਾਲੀਵਾਲ ਲਾ ਗਰੁੱਪ ਦੀਆਂ ਕੀ ਸਰਵਿਸ ਨੇ, ਅਸੀਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਜੀ। ਹਜ਼ੂਰ ਤੁਸੀਂ ਕੋਈ ਜ਼ਿਆਦਾ ਤਾਰੀਫ ਕਰਤੀ, ਪਰ ਥੈਂਕ ਯੂ ਵੈਰੀ ਮੱਚ। ਧਾਲੀਵਾਲ ਲਾਅ ਗਰੁੱਪ ਦੇ ਵਿੱਚ ਅਸੀਂ ਇਨਕਮ ਟੈਕਸ ਦਾ ਕੰਮ ਤਾਂ ਕਾਫੀ ਹੈ, IRS ਨਾਲ ਕੋਈ ਪ੍ਰੋਬਲਮ ਹੈ, ਬੋਰਡ ਆਫ ਇਕੁਲਾਈਜੇਸ਼ਨ ਨਾਲ, ਫਰੈਂਚਾਈਜ਼ ਟੈਕਸ ਬੋਰਡ ਨਾਲ, ED ਨਾਲ, ਇਹ ਅਸੀਂ ਕਰਦੇ ਹਾਂ। ਕੋਈ ਸਿਵਲ ਲਿਟੀਗੇਸ਼ਨ ਹੈ, ਕੰਟਰੈਕਟ ਹੈ, ਕਾਰਪੋਰੇਸ਼ਨ ਬਣਾਉਣੀ ਹੈ, LLC ਬਣਾਉਣੀ ਹੈ, ਅਸੀਂ ਇਹ ਸਾਰਾ ਕੁਛ ਕਰ ਦਿੰਦੇ ਹਾਂ। ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਆਪਣੇ ਆਰਥਿਕ ਤੌਰ 'ਤੇ, ਬਿੱਲ ਨਹੀਂ ਪੇ ਹੋ ਰਿਹਾ, ਕੁਛ ਨਹੀਂ ਹੋ ਰਿਹਾ, ਜਾਂ ਉਹ ਕੋਈ ਦੁਰਘਟਨਾ ਕਾਰਨ ਕੁਛ ਹੋ ਗਿਆ, ਤਾਂ ਬੈਂਕਰਪਸੀ ਦੇ ਵਿੱਚ ਵੀ ਹੈਲਪ ਕਰ ਦਿੰਦੇ ਹਾਂ। ਅਤੇ ਬੈਂਕਰਪਸੀ ਇੱਕ ਬਹੁਤ ਸੋਹਣਾ ਇਲਾਜ ਹੈ ਦੋਸਤੋ, ਡਰਨ ਦੀ ਲੋੜ ਨਹੀਂ ਹੈ। ਜੇ ਇਹਦੇ 'ਚ ਸਵਾਲ ਪੁੱਛ ਲਿਓ ਫਿਰ ਆਪਦਾ ਮਾਇੰਡ ਬਣਾ ਲਿਓ ਜੇ ਕਰਨਾ ਹੋਇਆ। ਜੀ ਹਾਂ ਬਿਲਕੁਲ, ਸਾਡੇ ਦਰਸ਼ਕ ਕੋਈ ਵੀ ਸਵਾਲ ਕਰਨਾ ਚਾਹੁਣ ਤਾਂ ਲਾਈਵ ਕਾਲ ਕਰ ਸਕਦੇ, ਛੋਟਾ ਸਵਾਲ ਰੱਖਣਾ ਪਏਗਾ, ਸਮਾਂ ਬਹੁਤ ਥੋੜ੍ਹਾ ਹੁੰਦਾ। ਗੁਰਮੀਤ ਸਿੰਘ ਸੈਣੀ ਸਾਹਿਬ ਤੁਸੀਂ ਵੀ ਲੰਬੇ ਸਮੇਂ ਤੋਂ ਧਾਲੀਵਾਲ ਲਾ ਗਰੁੱਪ ਨਾਲ ਜੁੜੇ ਹੋ। ਹਾਂਜੀ। ਅਤੇ ਤੁਹਾਡੀਆਂ ਉੱਥੇ ਕੀ ਡਿਊਟੀਜ਼ ਹੈਗੀਆਂ ਜਾਂ ਕੀ ਕੰਮ ਕਰ? ਅਸੀਂ ਜੀ ਜੇ ਕੋਈ ਨਹੀਂ ਕੋਈ ਕੁਐਸਚਨ ਹੈਗਾ ਇਮੀਗ੍ਰੇਸ਼ਨ ਬਾਰੇ ਕੋਈ, ਜਾਂ ਕੋਈ ਪਰਸਨਲ ਇੰਜਰੀ ਦਾ, ਕੋਈ ਐਕਸੀਡੈਂਟ ਹੋ ਗਿਆ ਕਿਸੇ ਦਾ, ਕਾਰ ਐਕਸੀਡੈਂਟ, ਸਕੂਟਰ ਐਕਸੀਡੈਂਟ, ਮੋਟਰਸਾਈਕਲ ਐਕਸੀਡੈਂਟ, ਜਾਂ ਕੋਈ ਰੋਂਗਫੁਲ ਡੈਥ ਹੋ ਗਈ ਆ, ਉਹ ਹੈਲਪ ਕਰ ਸਕਦੇ ਹਾਂ। ਉਹ 'ਚ ਕੋਈ ਫੀਸ ਨਹੀਂ ਹੈਗੀ, ਫੀਸ ਵੱਧ ਲੈਂਦੇ ਜਦੋਂ ਤੱਕ ਕੇਸ ਸੈਟਲ ਹੋ ਜਾਂਦਾ, ਸੋ ਨੋ ਰਿਕਵਰੀ ਨੋ ਫੀ। ਅੱਛਾ, ਇਹ ਨਹੀਂ ਹੈ, ਨਹੀਂ ਤਾਂ ਆਮ ਤੌਰ 'ਤੇ ਹੈਗਾ ਜੀ ਵੀ ਇੰਨੇ ਕੁ ਜਮ੍ਹਾਂ ਕਰਾ ਦਿਓ ਪਹਿਲਾਂ, ਬਾਕੀ ਬਾਅਦ ਦੇਖਦੇ ਹਾਂ। ਨਹੀਂ ਅਸੀਂ ਬਾਅਦ 'ਚੋਂ ਜੇ ਲਵਾਂਗੇ ਵਿੱਚੋਂ ਤਾਂ ਲਵਾਂਗੇ ਵਿੱਚੋਂ, ਨਹੀਂ ਤਾਂ ਅਸੀਂ ਸਾਰੇ ਐਡਵਾਂਸ ਵੀ ਕੋਲੋਂ ਕਰਦੇ, ਕੋਸਟ ਵੀ ਸਾਰੀ ਕੋਲੋਂ ਐਡਵਾਂਸ ਕਰਦੇ ਹਾਂ ਅਸੀਂ। ਅਤੇ ਆਪਣਾ ਰਤਨਦੇਵ ਜੀ, ਆਪਾਂ ਕਿੱਥੋਂ ਗੱਲ ਸ਼ੁਰੂ ਕਰੀਏ, ਕਿਸੇ ਇੱਕ ਪਾਰਟੀਕੁਲਰ ਸਰਵਿਸ ਜਿਹੜੀ ਤੁਹਾਡੀ ਹੈਗੀ ਆ ਉਹਦਾ ਅਸੀਂ ਸ਼ੁਰੂ ਕਰ ਲਓ ਸਾਡੇ ਦਰਸ਼ਕਾਂ ਵਾਸਤੇ, ਜਿਹੜੀ ਖਾਸ, ਜਿਹੜੀ ਜ਼ਿਆਦਾ ਸਾਡੇ ਪੰਜਾਬੀਆਂ ਨਾਲ ਵਾਹ ਪੈਂਦਾ, ਉਹਦੇ ਵਾਸਤੇ ਕੀ ਕੀ ਕਰਨਾ ਚਾਹੀਦਾ, ਕਿਹਦੀ ਗੱਲ ਕਰਨੀ ਸ਼ੁਰੂ ਚਾਹੋਗੇ ਤੁਸੀਂ?
देखो मेरे एक्सपीरियंस मुताबक इमीग्रेशन का तो हैगी प्रॉब्लम, पर इमीग्रेशन वाले अपने बंदे बहुत है जिहड़े क्वेश्चन आंसर कर देंगे जी। आपां ज़्यादा फसते हैं भी आप जिहड़े बिजनेस के विच आपां बिजनेस चले तो जाने पर आपां जो इत्थे लॉ की रिक्वायरमेंट आपां उह नहीं पूरी मीट करते जी, उत्थे आपां ज़्यादा फस जाने। अपने जो एक दूजे नाल पंगा पैंदा तां जिहड़ा अपना कॉन्ट्रैक्ट है ना वह एडा माड़ा होंदा ना भी इत्थे जिहड़े गोरे जज सिर फट के बह जांदे भी यार तुसीं लिखिया की है, अच्छा झगड़ा की है, तुसीं कर की रहे हो, मैनूं दसो तां सही। उस गल की प्रॉब्लम नूं मैं ज़्यादा लैके फिर मैं सब तो वध प्रॉब्लम फेस की भी अपने बंदियां ते इन्हां दे जदों तुसीं जे कचहरी जाना है या कितें टैक्स वाले नाल डील करना तां वह फिर उत्थे प्रॉब्लम बहुत ज़्यादा आउंदी है जी। ये तुसीं गल कर रहे हो जदों कोई कितें इंजरी हो जांदी? नहीं नहीं नहीं, इंजरी तो अलावा कॉन्ट्रैक्ट कॉन्ट्रैक्ट कोई भी होया, तुसीं हुण आपदा पार्टनरशिप का कॉन्ट्रैक्ट लै लो, कॉन्ट्रैक्ट हो गया हाँ, उत्थे सब तो वध अपना रौला पैंदा। अच्छा समझ दिओ, अच्छा अपना पार्टनरशिप का कॉन्ट्रैक्ट आपां एक पेज लिख लैंदे आ जी, उहदियां जिहड़ी पहलां तां अंग्रेजी कन्नी मुठ्ठी बंद है जी। अच्छा मुड़ के जो आपां उत्थे लिखिया हुंदा उह गोरे दा विचारे पढ़ नहीं सकदे, उह फिर गुआच जांदे विचारे। अच्छा वैसे बड़ा काम तो अपने मेरे ख्याल ये चलता भी चलो कोई नहीं जान पछाण हैगी है, चलो बड़ा कॉन्ट्रैक्ट की पढ़ना, ये भी ज़्यादा नुकसान करता चाहे सके भरावां दा होवे चाहे कोई खास दोस्त हो, तो कॉन्ट्रैक्ट का ध्यान रखना चाहिए जी। हजूर देखो लेखा मावां धीआं दा जी ये अपनी पुरानी चीज़ है, सो जे कॉन्ट्रैक्ट संवार के नहीं तैयार किया होया रौला तो संवार के किते कॉन्ट्रैक्ट ही पै सकता जी, पर जे नहीं किया होया तो किसी ने थोड़े नाल चोरी करनी है, थोड़े नाल ठगी करनी है, उन्हें खुला राह है जी। अच्छा फिर अपने मूँह मोटे होंगे है, नुकसान खाने है, केसा च कुछ बनता नहीं क्योंकि कॉन्ट्रैक्ट इन्ना पूरली लिखा होंगे। तो यह मतलब सलाह जरूर लैनी चाहिए है, सलाह आम तौर पर असं कहने भी चलो कहू खर्चा करना, तो सलाह जरूर लैनी चाहिए है। साडे दर्शक जिहड़े बैठे घर देख रहे हैं, दुनिया के पूरी दुनिया के भी देख रहे हो गए, पर असं खास तौर पर कैलीफोर्निया की गल कर रहे हैं, कैलीफोर्निया बैठे हाँ, कैलीफोर्निया इन्ह के ऑफिस जी। एक चीज़ मैं होर ऐड करनी चाहना जी, भी जे थोड़ा कोई कहना ना भी वकील को ना जाओ तो यह मेरे एक्सपीरियंस मुताबक वो बंदा थोड़े नाल कोई ना कोई धोखा कर बैठा। अच्छा जेडे अपने कहने भी है की लौड़ है वकीलों की, आप आपस में कर लेना कि अपने कोई प्रॉब्लम तेरा कुछ तेरा मेरा कुछ वंडिया हुआ हाँ चीज़ा जी मेरी डिक्शनरी से टॉप पर है भी वह बंदा थोड़ा धोखा कर रहा 99% चा। अच्छा जी, तो ये जी आप बैंकरप्सी की गल करते, बैंकरप्सी भी साढ़े अपनी कम्यूनिटी की गल करिएबियों की, उस काफ़ी रुझान यद चल रहा, तो बैंकरप्सी बारे कदों को सोचना चाहिए, जो कोई सोचता तो उन्होंने की करना चाहिए वो बारे भी दस। जो थोड़ा कोई आर्थिक प्रॉब्लम आ गई बैंकरप्सी तो उदों ही सोच लो। अच्छा बैंकरप्सी आपां नूं दस्या जांदा भी जे तुसीं बैंकरप्सी फाइल करोगे तो मारे जाओगे, पट्टे जाओगे, लुटे जाओगे, तो बर्बाद हो जाओगे जी, ये झूठ है हजूर, ऐसा कुछ नहीं है। बैंकरप्सी वर्गा इलाज नहीं है कोई, जे तुसीं बैंकरप्सी नहीं फाइल करते तो थोनू हुण मैं एक एग्जाम्पल दिना, थोड़े तो हुण अपने ट्रकां वाले वीरां दा भी पेंसकी का कोई जजमेंट आ गई जी, पेंसकी की जजमेंट आ गई, हुण तुसीं उहनूं मतलब वह 10 साल वास्ते जजमेंट वैलिड है जी, सो 10 साल थोड़ा क्रेडिट नहीं खड़ा हो सकता क्योंकि पेंसकी की जजमेंट खड़ी है, उन्होंने लीन फाइल की हुई है जी। अच्छा यही मैं बैंकरप्सी करदा, बैंकरप्सी पेंसकी नूं कढ के बाहर मारिया, हुण 2 साल थोड़ा क्रेडिट खड़ा हो जाऊगा। अच्छा जी, तो नहीं आम तौर पर कहा जाता कि 8-10 साल लग जाते जी मुड़ के सूत आने, वो क्यों है जिदा मतलब कि वो तो वह देर लगती है बैंकरप्सी तो बाद दोबारा क्रैड स्कोर नॉर्मल हो? बैंकरप्सी देखो ऐ है जिमें आप इंडिया तो पहला आए थी जी, की अपना क्रैडिट जी 0 सी ना जी, बैंकरप्सी थोनू उस 0 ते लाउंदी है। अच्छा जी समझ दो, अच्छा उतों हूँ आप पहला क्रैडिट किमें इस्टैबलिश किया 2-3 साल ही लगे उदों हाँ जी समझ दो, उही 2-3 साल हूँ लगते हैं बैंकरप्सी तो बाद जिहड़ा पहला साल है उत्थे प्रॉब्लम थोनू सब तो वध आउंदी है जी, दूजे साल तीजे साल थोड़ा काम सौखा होना स्टार्ट हो जाता। हुण थोनू मैं एक एग्जाम्पल दिना जी, थोड़े क्रैडिट कार्डा ने थोड़ा अकाउंट चार्ज ऑफ करता राइट, तुसीं अज बैंक कोले चले जाओ, बैंक नूं कहो जी मैनूं लोन दे दो जी, बैंक ने थोनू NO नो कह के भजा देना। अच्छा जी, अच्छा मैनूं बैंकरप्सी कर लैन दो, जे बैंक थोनू नो कह गया तां मैनूं फड़ लिओ। अच्छा जी, ये भी की खास गल हैगी, मतलब कोई पॉइंट होंगे जेडे कि उन्होंने ध्यान रखना चाहिए? देखो ये एक्चुअली जोड़ा गोरिया का सिस्टम है ना वो ये है भी यार थोड़ा माड़ा क्रैडिट है तो बैंकरप्सी नहीं फाइल कर रहा है बेवकूफ,
सिर्फ ते सिर्फ इलाज बैंकरप्सी है। मैनू आज ताई 25-26 साल हो गए काम करदे आ, मैनू होर कोई इलाज नहीं लभिया। तो मैं लोगों नू चैलेंज भी किया यार मैनू होर इलाज लभ दिओ, तो मैं थोनू मैं वो लोगों को दस दूंगा, नाले मैं सारे तो माफ़ी मंगूंगा भी यार मैं थोड़ा गलत एडवाइस की बैंकरप्सी फाइल करन नू, ते किसी ने नहीं एक्सेप्ट किया। भी हो जाता ना जी शर्मो शर्मीला भी लोग की कहे बंद दिवालिया निकल गया, तो यह हैगा। पर हल जे बने ने यह सरकार ने मेरे ख्याल तो सुन दे आया से, तो अपने जो पिछले राष्ट्रपति साहब से उन्होंने भी कई बार की हम ये तो साढ़े दर्शक सोचने भी बैंकरप्सी करके राष्ट्रपति बन जाएंगे पर आप गल करते हैं बैंकरप्सी एडे एडे वे वे लोग भी करते हैं बिजनेसमैन करते हैं। तो हूँ असं गल करते धालीवाल साहब, जे कोई बंदा सोच रहा ये बारे साढ़े कोई पंजाबी भैन भरा देखता है तो उन्होंने की करना चाहिए, तुम्हें फोन करना चाहिए पहला या कोई पेपर पूपर इकट्ठे करने चाहिए की करना चाहिए? नहीं पहला मेरे ना गल ही कर लैन क्योंकि जेडे उन्होंने शक ने मैं दूर कर दा जी। लो हूँ मैं थोड़ा एक चीज़ दसदा जी कित नहीं थोड़ा लभनी जी, तो मैं इतने टीवी के सब के सामने कह रहा, तो चाहे ए कह लो भी मैं एक तो बलते कह रहा जी भी बैंकरप्सी नालों 10-15 आइटम माड़िया ने। सो जे वो 10-15 आइटम की जो मैं थोड़ा लिस्ट देनी हो मैं हस के दे सकता जी। अच्छा कुछ एक दस दौ तो जिमें हम आप क्रेडिट कार्ड चार्ज ऑफ की गल की, जजमेंट की गल की, थोड़ी कार रीपोजेस हो गई जी, थोड़ा कार ना कार फोर क्लोज करता जी राइट। अच्छा IRS दी लीन है जी राइट, जजमेंट लीन है, कुछ नहीं है, तुम सारा कुछ सही कर रहे हो पर थोड़े क्रेडिट कार्ड फुल ने जी, थोन ता भी नहीं क्रेडिट देंगे हजू। अच्छा तभी उ सेम गल, हाँ सेम गल है जी। वाह ओके, सो ये चीज़ा बैंकरप्सी नालों माड़ियाँ हजू जी। अच्छा तुम सैटलमेंट चले गए वो बैंकरप्सी नालों माड़ी है क्योंकि तुम सैटलमेंट च पैसे भी पे कर रहे हो तो क्रेडिट भी नहीं खड़ा हो रहा। अच्छा क्रेडिट उन्हें भी जाना ही है हजूर, ये सारी चीज़ा ये बैंकरप्सी नालों माड़ियाँ ने जी। सो कॉल कर सकते जी साढ़े दर्शक, कोई भी सवाल हैगा उन्होंने दिमाग इमीग्रेशन संबंधित। तो सैनी साहब अगर गल करिए असी इंजरी भी अक्सर माड़ा मोटा तो होंगी रही, चाहे आपका कसूर ना भी हो, कोई ना कोई पिछों गड्डी ठोक गया, कोई किधर साइड तो ठोक गया, तो जोड़ा इदा के केस ने उन्होंने वास्ते की करना चाहिए उन्होंने जी? उन्होंने वास्ते सबू कॉन्टैक्ट करो जी, असं देखते हैं तो फॉल्ट कि पुलिस रिपोर्ट देखते हैं, बाकी उन्होंने इंश्योरेंस कि हैगी ਤੁਹਾਡੇ ਕੋਲ ਕੁਛ ਨਹੀਂ ਲੈਂਦੇ ਸੀ ਜੀ, ਤੁਸੀਂ ਸਾਨੂੰ ਕੁਛ ਨਹੀਂ ਦੇਣਾ ਜਦ ਤੱਕ ਅਸੀਂ ਰਿਕਵਰੀ ਨਹੀਂ ਕਰਦੇ ਕੁਛ ਵੀ। ਸੋ ਉੱਥੇ ਜੋ ਤੁਸੀਂ ਇੰਜਰਡ ਹੁੰਦੇ ਆ ਐਂਬੂਲੈਂਸ ਕਾਲ ਕਰੋ, ਡਾਕਟਰ ਦੇ ਜਾਓ ਆਪਣੇ ਦੇ, ਤੁਹਾਡੀ ਇੰਜਰੀ ਹੈਗੀਆਂ ਉਹਨੂੰ ਠੀਕ ਕਰੋ ਪਹਿਲਾਂ, ਇਨ ਦਾ ਮੀਨ ਟਾਈਮ ਤੁਹਾਡਾ ਕੇਸ ਤਿਆਰ ਕਰ ਲੈਂਦੇ ਉਦੋਂ। ਅੱਛਾ ਜੀ, ਅਸੀਂ ਇੰਸ਼ੋਰੈਂਸ ਕੋਂਟੈਕਟ ਕਰਦੇ ਹਾਂ, ਉਹਨੂੰ ਦੱਸਦੇ ਹਾਂ ਭਾਈ ਸਾਡਾ ਕਲਾਇੰਟ ਆ, ਉਸੇ ਅੱਗੇ ਪ੍ਰੋਸੀਡ ਕਰਦੇ ਹਾਂ। ਅਤੇ ਫਿਰ ਉਦੋਂ ਬਾਅਦ ਕਿੰਨਾ ਕੁ ਟਾਈਮ ਲੱਗ ਜਾਂਦਾ ਜਦੋਂ ਕਿ ਤੁਹਾਡੇ ਕੋਲ ਆ ਜਾਂਦਾ ਸਾਰਾ? ਇਹ ਡਿਪੈਂਡ ਕਰਦਾ ਜੀ, ਤਕਰੀਬਨ 3 months to 1 year। अच्छा, जे केस फाइल ना करना पे सानू तां जी, जे इंश्योरेंस कंपनी तुहाडा केस सैटल नहीं करदी उहनूं केस फाइल करना पैंदा आ, वड्डा केस हैगा कोई रॉन्गफुल डैथ हो जाती है जां ज़्यादा इंजरीज हैगियां जां बंदा कोई परमानेंट डिसेबल हो जाता उहदा केस तो लंबा हो जाता फिर, क्योंकि केस कोर्ट हुंदा जूरी ट्रायल हुंदा उहदा जां कोर्ट केस चलदा फिर। ते जे केस भी करदे तां फिर भी पैसे नहीं लैंदे जे केस करदे? हां जी फिर भी असीं पैसे लैंदे, पैसे बाद च ही, पैसे बाद च ही आ, उहदी फीस ज़्यादा हुंदी आ, असीं ट्रायल जांदे आ डिस्कवरी करदे आ ਉਹਦੀ ਫੀਸ ਜ਼ਿਆਦਾ ਹੁੰਦੀ ਪਰ ਤੁਹਾਡੇ ਕੁਛ ਨਹੀਂ ਲੈਂਦੇ ਸੀ ਜੀ, ਪਰ ਤੁਹਾਡੀ ਗਲਤੀ ਨਾ ਹੋਵੇ ਜੀ ਅਸੀਂ ਤਾਂ ਕਿਸੇ ਲੈਂਦੇ ਹਾਂ ਉਹ ਜੀ। ਅਤੇ ਧਾਲੀਵਾਲ ਸਾਹਿਬ ਇੱਕ ਵਾਰੀ ਜ਼ਰੂਰ ਅਸੀਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਾਣਨਾ ਚਾਹਾਂਗੇ ਜਿਹੜੇ ਇਮੀਗ੍ਰੇਸ਼ਨ ਦੀਆਂ ਸਮੱਸਿਆਵਾਂ ਸਾਡੇ ਪੰਜਾਬੀਆਂ ਦੀਆਂ ਜ਼ਿਆਦਾਤਰ ਕਿਹੜੀਆਂ ਹੁੰਦੀਆਂ ਜੀ? ਜਿਹੜੀਆਂ ਮੈਂ ਜ਼ਿਆਦਾਤਰ ਜਿਹੜੀਆਂ ਮੇਰੇ ਦਫ਼ਤਰ 'ਚ ਮੈਂ ਫੇਸ ਕੀਤੀਆਂ, ਉਹ ਬੰਦੇ ਆਉਂਦੇ ਆ ਜਿਨ੍ਹਾਂ ਦੇ ਵਿਚਾਰੇ ਸਹੀ ਵੀਜ਼ੇ 'ਤੇ ਆਏ ਨੇ, ਮੁੜ ਕੇ ਇੱਥੇ ਆਉਣ ਨੂੰ ਫਿਰ ਉਹ ਝੂਠੇ ਸੱਚੇ ਕਾਗਜ਼ ਸਰਕਾਰ ਨਾਲ ਫਾਈਲ ਕਰਨ ਨੂੰ ਤਿਆਰ ਬੈਠੇ ਨੇ ਜੀ, ਜੀ ਸਾਡੀ ਪੋਲੀਟੀਕਲ ਅਜ਼ਾਇਲਮ ਅਪਲਾਈ ਕਰ ਦਿਓ ਜੀ, ਸਾਡਾ ਵਿਆਹ ਹੈ ਝੂਠਾ ਹੈ ਜੀ ਸਾਡੇ ਫਾਈਲ ਕਰ ਦਿਓ, ਉਹਨਾਂ ਤੋਂ ਮੈਂ ਕਹਿਣਾ ਹੁੰਦਾ ਵੀ ਉਹ ਨਾ ਕਰੋ ਯਾਰ, ਤੁਸੀਂ ਜੇ ਸਹੀ ਵੀਜ਼ੇ 'ਤੇ ਆਏ ਹੋ, ਜੇ ਤਾਂ ਤੁਸੀਂ ਆਈ ਇਲੀਗਲ ਹੋ ਤਾਂ ਗੱਲ ਹੋਰ ਹੈ, ਪਰ ਜੇ ਸਹੀ ਵੀਜ਼ੇ 'ਤੇ ਆਏ ਹੋ ਫਿਰ ਇਹੋ ਜਿਹੀ ਚੀਜ਼ ਨਾ ਕਰੋ, ਕਿਉਂਕਿ ਫਿਰ ਤੁਹਾਡਾ ਅੱਗੇ ਰਾਹ ਬੰਦ ਹੋ ਜਾਂਦਾ ਜੇ ਕਿਸੇ ਵੀ ਕਾਰਨ ਉਹਨਾਂ ਨੇ ਤੁਹਾਡਾ ਝੂਠ ਫੜ ਲਿਆ ਜੀ, ਅਤੇ ਝੂਠ ਉਹ ਅਕਸਰ ਫੜ ਹੀ ਲੈਂਦੇ ਆ ਜੀ। ਇਹ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਸਾਡੇ ਅਕਸਰ ਕੇਸ ਜਿਹੜੇ ਹੈਗੇ ਨੇ ਉਹਦੀ ਵੀ ਅਸੀਂ ਗੱਲ ਕਰਾਂਗੇ। ਇੱਕ ਬ੍ਰੇਕ ਜਿਹੜੀ ਹੈ ਸਾਨੂੰ ਲੈਣੀ ਪਏਗੀ, ਸਾਡੇ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਹੈ ਜੀ ਉਹ ਕਾਲ ਕਰ ਸਕਦੇ ਥੋੜ੍ਹੀ ਦੇਰ, ਸਾਡੇ ਨਾਲ ਹੋਰ ਹੈਗੇ ਨੇ ਸਟੂਡੀਓ ਦੇ ਵਿੱਚ, ਅਤੇ ਨਹੀਂ ਤਾਂ ਇਹਨਾਂ ਦਾ ਨੰਬਰ ਜਿਹੜਾ ਸਕਰੀਨ 'ਤੇ ਆ ਰਿਹਾ ਜਾਂ ਫਿਰ ਬਾਅਦ ਵਿੱਚ ਮੇਰੇ ਕੋਲੋਂ ਵੀ ਨੰਬਰ ਚਾਹੋ ਤਾਂ ਲੈ ਸਕਦੇ ਹੋ। ਰਤਨਦੇਵ ਧਾਲੀਵਾਲ ਸਾਹਿਬ ਅਟੋਰਨੀ ਦੀ ਜਿਹੜੀ ਆਪਾਂ ਉਹਨਾਂ ਨਾਲ ਗੱਲ ਕਰ ਰਹੇ ਸੀ, ਗੱਲ ਇਹਨਾਂ ਨਾਲ ਅਜੇ ਅੱਗੇ ਵੀ ਜਾਰੀ ਰੱਖੇ, ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਜੀ, ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਸਾਡੇ ਨਾਲ ਸਟੂਡੀਓ ਦੇ ਵਿੱਚ ਮਹਿਮਾਨ ਨੇ ਸਰਦਾਰ ਰਤਨਦੇਵ ਸਿੰਘ ਜੀ ਧਾਲੀਵਾਲ ਸਾਹਿਬ ਅਤੇ ਗੁਰਮੀਤ ਸਿੰਘ ਸੈਣੀ।
बड़ी वधिया सानू जानकारी दे रहे हैं जिहड़ी साडे काम आने वाली है। वैसे लंबी जानकारी जिहड़ी आ नंबर इन्हां दे स्क्रीन ते आ रहे ने, तुसीं जरूर कॉल करके गल कर सकते हो। तो अगे तोरदे गल नूं जी, अपना तालीवाल साहब अक्सर साडे जिहड़े केस कूस चलदे ने सिविल दे जां क्रिमिनल, तो वह भी तुसीं करदे हो हैंडल कोई? ਉਹ ਵੀ ਕਰ ਲੈਂਦੇ ਹਾਂ ਹਜ਼ੂਰ ਜੀ। ਅਤੇ ਉਹਦੇ ਵਿੱਚ ਆਪਣੇ ਪੰਜਾਬੀਆਂ ਦੇ, ਮੇਰੇ ਖਿਆਲ ਮੈਂ ਜਦੋਂ ਤੁਹਾਡੇ ਆਫਿਸ ਗਿਆ ਸੀ ਦੇਖਿਆ ਸੀਗਾ ਵੀ ਤੁਹਾਡੇ ਤਾਂ ਬਹੁਤ ਜ਼ਿਆਦਾ ਜਿਹੜੇ ਜ਼ਿਆਦਾ ਕੇਸ ਜਿਹੜੀ ਹੋਰ ਕਮਿਊਨਿਟੀਜ਼ ਹੈਗੀਆਂ ਨੇ ਗੋਰੇ ਵਗੈਰਾ ਦੇ ਬਹੁਤ ਜ਼ਿਆਦਾ ਕੇਸ ਐਸੇ ਸੀਗੇ ਤੁਹਾਡੇ ਕੋਲ, ਅਤੇ ਪੰਜਾਬੀਆਂ ਦਾ ਇਹਨਾਂ ਨਾਲ ਵਾਹ ਵਾਸਤਾ ਪੈਂਦਾ? ਕ੍ਰਿਮੀਨਲ ਕੇਸ ਜਾਂ ਸਿਵਲ ਦੀ ਗੱਲ ਅਸੀਂ ਗੱਲ ਕਰੀਏ, ਕ੍ਰਿਮੀਨਲ ਕੇਸਾਂ 'ਚ ਮੇਰਾ ਆਪਣੇ ਪੰਜਾਬੀ ਕਮਿਊਨਿਟੀ ਨਾਲ ਕਾਫੀ ਵਾਹ ਪਿਆ ਜੀ। ਆਪਣੇ ਦੋ ਤਿੰਨ ਕੇਸ ਜ਼ਿਆਦਾ ਨੇ, ਜਾਂ ਤਾਂ ਆਪਾਂ ਪੀ ਕੇ ਚਲਾਉਂਦੇ ਹਾਂ ਜਾਂ ਘਰਵਾਲੀ ਨਾਲ ਡਾਂਗ ਸੋਟਾ ਖੜਕ ਗਿਆ ਜੀ, ਅਤੇ ਜਾਂ ਆਪਾਂ ਅਕਸਰ ਸਟੋਰ 'ਚ ਕੁਛ ਨਾ ਕੁਛ ਚੋਰੀ ਕਰਦੇ ਫੜੇ ਜੀ। ਇਹ ਤਿੰਨ ਆਪਣੇ ਕੇਸ ਸਭ ਤੋਂ ਜ਼ਿਆਦਾ ਨੇ, ਅਤੇ ਫਿਰ ਮੈਨੂੰ ਜਾ ਕੇ ਜੱਜਾਂ ਮੂਹਰੇ ਸਮਝਾਉਣਾ ਪੈਂਦਾ ਵੀ ਯਾਰ ਇਹ ਸਾਡੇ ਬੰਦਿਆਂ ਤੋਂ ਗਲਤੀ ਹੋ ਗਈ, ਇਹਨਾਂ ਨੂੰ ਛੱਡ ਦਿਓ। ਸੋ ਮੈਂ ਉੱਥੇ 99% ਡੀਲ ਹੀ ਬਣਦੀ ਹੈ, ਕਿਉਂਕਿ ਕੇਸ ਤਾਂ ਕਲੀਨ ਹੀ ਹੁੰਦੇ ਆ ਅਤੇ ਬੰਦੇ ਨੇ ਉਹ ਗਲਤੀ ਤਾਂ ਕੀਤੀ ਹੁੰਦੀ ਆ ਜੀ। ਮੇਰੇ ਕੋਲ ਹਲੇ ਤੱਕ ਇਹੋ ਜਿਹਾ ਕੋਈ ਕੇਸ ਨਹੀਂ ਆਇਆ ਜਿੱਥੇ ਮੈਂ ਦੇਖ ਕੇ ਕਹਿ ਸਕਾਂ ਵੀ ਇਹ ਪੁਲਿਸ ਵਾਲੇ ਨੇ ਗਲਤ ਕੀਤਾ ਜਾਂ ਸਟੋਰ ਵਾਲਿਆਂ ਨੇ ਗਲਤ ਕੀਤਾ ਜੀ। ਹਾਂ, ਇਹ ਜ਼ਰੂਰ ਦੇਖਿਆ ਵੀ ਕੁੜੀਆਂ ਨੇ ਜਾਂ ਦੂਜਿਆਂ ਨੇ ਗਲਤ ਸ਼ਿਕਾਇਤਾਂ ਲਾਤੀਆਂ ਘਰ ਵਾਲਿਆਂ ਦੇ ਅਗੇਂਸਟ ਆਪਦਾ ਉਹ ਕਰਨ ਨੂੰ ਕੁੱਟਮਾਰ ਵਾਸਤੇ, ਪਰ ਉਹ ਲੋਈ ਇੰਨਾ ਲਿਖਿਆ ਹੋਇਆ ਤਰੀਕੇ ਨਾਲ ਵੀ ਤੁਸੀਂ ਫਿਰ ਉਹਦੇ 'ਚ ਕੋਈ ਬਾਹਲਾ ਫਾਈਟ ਨਹੀਂ ਕਰ ਸਕਦੇ। ਅੱਛਾ, ਜਿਹੜੀ ਘਰੇਲੂ ਹਿੰਸਾ ਦੇ ਕਾਫੀ ਕੇਸ ਜਿਹੜੇ ਸਾਡੇ ਆਉਂਦੇ ਨੇ ਸਾਡੀ ਕਮਿਊਨਿਟੀ ਦੇ ਵਿੱਚ, ਅਤੇ ਇਹ ਉਹਦਾ ਕੋਈ ਇਹ ਉੱਧਰ ਵਾਂਗੂ ਨਹੀਂ ਹੈਗਾ ਸਿਸਟਮ ਬਣਦਾ ਜਿਹੜੇ ਕੇਸ ਕਰਦੇ ਨੇ ਲੋਕ, ਉਹਨਾਂ ਨੂੰ ਫਾਇਦਾ ਹੁੰਦਾ? ਜਿੱਦਾਂ ਹੁਣ ਕੋਈ ਵਾਈਫ ਦੀ ਆਪਾਂ ਤੁਸੀਂ ਗੱਲ ਕੀਤੀ, ਵਾਈਫ ਕਈ ਵਾਰੀ ਵੈਸੇ ਕਰਨ ਦੀ ਮੈਨੂੰ ਮਾਰਦੇ ਆ, ਕਿਉਂਕਿ ਲੇਡੀਜ਼ ਦਾ ਇੱਧਰ ਬਹੁਤ ਧਿਆਨ ਰੱਖਦੇ ਨੇ, ਮਾੜਾ ਜਿਹਾ ਵੀ ਕਿਸੇ ਨੇ ਕਹਿਤਾ ਤਾਂ ਉਹਦੀ ਸੁਣੀ ਜਾਣੀ ਹੈ, ਅਤੇ ਉਹ ਇਹਦਾ ਕੋਈ ਹੋਰ ਹੱਲ ਨਹੀਂ ਹੈਗਾ ਜਾਂ ਕਿ ਕੋਰਟ ਦੇ ਵਿੱਚ ਜਾ ਕੇ ਫਟਾਫਟ 911 ਘੁਮਾ ਕੇ ਲੇਡੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਉਹੀ ਹੱਲ ਹੈਗਾ, ਹੋਰ ਕੋਈ ਹੱਲ ਹੈ ਨਹੀਂ ਇਹਦਾ? ਨਹੀਂ, ਹੋਰ ਕੋਈ ਹੱਲ ਮੇਰਾ ਤਾਂ ਨਹੀਂ ਖਿਆਲ, ਪਰ ਮੈਂ ਇਹ ਚੀਜ਼ ਨੋਟ ਕੀਤੀ ਸੀ ਵੀ ਇਹ ਦੋ ਕੁ ਵਾਰੀ ਜ਼ਿਆਦਾ ਸੀ 911 ਡਾਇਲ ਕਰਦੇ ਹੋ, ਇੱਦੋਂ ਤਾਂ ਬਈ ਫਿਰ ਰਿਸ਼ਤੇ 'ਚੋਂ ਬਾਹਰ ਹੀ ਨਿਕਲ ਜਾਓ, ਫਿਰ ਤਾਂ ਤੁਹਾਡਾ ਲੜਾਈ ਝਗੜਾ ਚੱਲੀ ਆ ਰਿਹਾ ਜੀ। ਹੁਣ ਜਿਵੇਂ ਇੱਕ ਕੇਸ ਆਇਆ ਸੀ ਮੇਰੇ ਕੋਲੇ, ਘਰਵਾਲੀ ਨੇ 911 ਡਾਇਲ ਕੀਤਾ, ਬੰਦਾ ਵਿਚਾਰਾ ਜੇਲ੍ਹ 'ਚ ਬੈਠਾ ਸੀ। ਅੱਛਾ, ਉਹਦੀ ਬੇਲ ਕੋਈ ਜ਼ਿਆਦਾ ਰੱਖਤੀ ਜੱਜ ਨੇ, ਬੇਲ ਕੋਈ ਉਹਦੀ ਪੋਸਟ ਨਹੀਂ ਕਰ ਸਕਿਆ ਜੀ, ਅਤੇ ਮੈਨੂੰ ਵੀ ਤਕਰੀਬਨ ਮਹੀਨਾ ਕੁ ਲੱਗ ਗਿਆ ਉਹਨੂੰ ਜੇਲ੍ਹ 'ਚੋਂ ਕਢਾਉਣ ਨੂੰ। ਜਦੋਂ ਉਹਨੂੰ ਮੈਂ ਜੇਲ੍ਹ 'ਚੋਂ ਕਢਾਇਆ, ਅਗਲੇ ਦਿਨ ਉਹਨੇ ਆਪਦੇ ਯਾਰਾਂ ਦੋਸਤਾਂ ਤੋਂ ਪੈਸੇ ਇਕੱਠੇ ਕੀਤੇ ਅਤੇ ਇੰਡੀਆ ਚਲਾ ਗਿਆ। ਅੱਛਾ ਜੀ, ਮੁੜ ਕੇ ਆਇਆ ਹੀ ਨਹੀਂ ਉਹ ਕੰਟਰੀ 'ਚ। ਵਾਹ ਜੀ ਵਾਹ, ਇਹ ਵੀ ਦੇਖੋ ਦੁਨੀਆਦਾਰੀ ਹੈਗੀ ਆ। ਅਤੇ ਇੱਕ ਹੋਰ ਜਿਹੜੀ ਅਵੇਅਰ ਕਰਨ ਵਾਲੀ ਚੀਜ਼ ਸਾਡੇ ਪੰਜਾਬੀਆਂ ਨੂੰ ਹੈਗੀ ਆ ਜੀ, ਅਸੀਂ ਪੰਜਾਬ ਦੇ ਵਿੱਚ ਤਾਂ ਬਹੁਤ, ਪੰਜਾਬ ਵਿੱਚ ਵੀ ਬਹੁਤ ਘੱਟ ਹੈਗੀ ਆ, ਕਿ ਜੇ ਵਸੀਅਤ ਕੋਈ ਬਜ਼ੁਰਗ ਪਹਿਲਾਂ ਕਰ ਦਿੰਦੇ ਨੇ ਤਾਂ ਬਾਅਦ ਦੇ ਵਿੱਚ ਲੜਾਈ ਝਗੜਾ ਹੋਣ ਦੇ ਚਾਂਸ ਰਹਿੰਦੇ ਨੇ। ਪਰ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਮੇਰੇ ਖਿਆਲ 80-90% ਕੇਸ ਜਿਹੜੇ ਨੇ ਉਹ ਲੜਾਈ ਝਗੜੇ ਇਸੇ ਕਰਕੇ ਨੇ ਵੀ ਜਿਹੜਾ ਘਰ ਦਾ ਮੁਖੀ ਆ ਉਹਦੀ ਡੈੱਥ ਹੋ ਗਈ, ਮਗਰ 8-10 ਕਿੱਲੇ ਜ਼ਮੀਨ ਆ, ਅਤੇ ਫਿਰ ਚਾਰੇ ਭਰਾ ਲੜ ਲੜ ਕੇ ਅਤੇ ਉਹ ਇੱਕ ਅੱਧੇ ਦਾ ਕਤਲ ਕਰ ਦਿੰਦੇ ਅਤੇ ਬਾਕੀ ਜੇਲ੍ਹ ਦੇ ਵਿੱਚ ਹੁੰਦੇ, ਇਹ ਹਾਲਤ ਹੁੰਦੀ ਹੈ। ਅਤੇ ਵਸੀਅਤ ਜਿਹੜੀ ਆ ਇਹ ਕਿੰਨੀ ਕੁ ਜ਼ਰੂਰੀ ਆ, ਅਸੀਂ ਜੇ ਗੱਲ ਕਰੀਏ ਕਿਉਂ ਨਹੀਂ ਅਵੇਅਰ ਸਾਡੇ ਲੋਕ ਇਹਦੇ ਵਾਸਤੇ? ਜਿਹੜਾ ਮੇਰੀ ਸਮਝ ਆਇਆ ਜਦੋਂ ਮੈਂ ਆਪਣੇ ਬੰਦਿਆਂ ਨਾਲ ਗੱਲ ਕੀਤੀ ਤਾਂ ਉਹ ਸਮਝਦੇ ਆ ਵੀ ਜੇ ਤੁਸੀਂ ਉਹਨਾਂ ਨਾਲ ਇਹ ਗੱਲ ਕਰਦੇ ਹੋ ਤਾਂ ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਹੋ ਵੀ ਯਾਰ ਮਰਨ ਨੂੰ ਤਿਆਰ ਹੋ ਜਾਓ, ਤੁਸੀਂ ਉਹਨਾਂ ਦੀ ਮੌਤ ਦੀ ਗੱਲ, ਤੁਸੀਂ ਸਾਨੂੰ ਮਾਰ ਕੇ ਰਾਜੀ ਹੋ। ਹਾਂ, ਮਾਰ ਕੇ ਰਾਜੀ ਹੋ ਜੀ, ਇਹ ਸਹੀ ਨਹੀਂ ਹੈ ਗੱਲ ਜੀ। ਜਿਹੜੀ ਵਿਲ ਹੈ, ਵਿਲ ਦੇ ਨਾਲ ਟਰੱਸਟ ਹੈ, ਇੱਥੇ ਟਰੱਸਟ ਅਲਾਓ ਕਰਦੀ ਹੈ ਇੱਕ ਚੀਜ਼, ਇਹ ਦੋ ਚੀਜ਼ਾਂ ਕਰ ਲਓ, ਇਹ ਹੈਲਪ ਬੜੀ ਕਰਦੀ ਹੈ ਲਾਈਫ। ਅੱਛਾ, ਵਿਲ ਅਤੇ ਟਰੱਸਟ ਵਿੱਚ ਕੀ ਫਰਕ ਹੈ ਜੀ, ਇਹ ਵੀ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ। ਅੱਛਾ, ਜਿਹੜੀ ਵਿਲ ਹੈ ਇਹ ਤਾਂ ਤੁਹਾਡੀ ਵਸੀਅਤ ਹੋ ਗਈ ਨਾ ਵੀ ਤੁਸੀਂ ਕਿਹਨੂੰ ਕਿਹੜੀ ਚੀਜ਼ ਦੇਣੀ ਆ, ਤੁਹਾਡੇ ਮਰੇ ਪਿੱਛੋਂ ਕਿਹਦੇ ਕੋਲ ਕਿਹੜੀ ਚੀਜ਼ ਜਾਵੇ ਜੀ। ਅੱਛਾ, ਟਰੱਸਟ ਵੀ ਇਹੀ ਚੀਜ਼ ਹੈ, ਪਰ ਟਰੱਸਟ ਦੇ ਵਿੱਚ ਤੁਸੀਂ ਡਿਟੇਲ ਦੇ ਸਕਦੇ ਹੋ, ਨੰਬਰ ਇੱਕ। ਅਤੇ ਨੰਬਰ ਦੋ, ਜੇ ਤੁਸੀਂ ਵਿਲ ਕਰਦੇ ਹੋ ਤਾਂ ਜੋ ਕੁਛ ਤੁਹਾਡੇ ਬੱਚਿਆਂ ਨੂੰ ਜਾਣਾ ਉਹ ਕੋਰਟ ਦੇ ਥਰੂ ਲੰਘਣਾ ਪੈਂਦਾ ਜੀ। ਕੋਰਟ ਫੀਸ 20,000-30,000 ਹੱਸ ਗਈ ਹੈ। ਜੇ ਤੁਸੀਂ ਟਰੱਸਟ ਬਣਾ ਲੈਂਦੇ ਹੋ ਤਾਂ ਟਰੱਸਟ ਦਾ ਵੱਧ ਤੋਂ ਵੱਧ ਕੋਈ ਥੋਤੋਂ ਲੈ ਲੂਗਾ ਤਾਂ 3,000-5,000 ਦਾ ਐਵਰੇਜ ਖਰਚਾ। ਅੱਛਾ ਜੀ, ਪਰ ਉਹ ਕੋਰਟ ਦਾ ਸਾਰਾ ਸਿਸਟਮ ਬਚ ਜਾਂਦਾ। ਅੱਛਾ, ਟਰੱਸਟ ਦਾ ਹੀ ਫਾਇਦਾ ਜੀ, ਟਰੱਸਟ ਦਾ ਹੀ ਫਾਇਦਾ। ਅਤੇ ਟਰੱਸਟ, ਜੇ ਟਰੱਸਟ ਬਣਿਆ ਹੋਇਆ ਤਾਂ ਫਿਰ ਮੇਰੇ ਖਿਆਲ ਪ੍ਰੋਪਰਟੀ ਦੇ ਉੱਪਰ ਕਿਸੇ ਨੇ ਕੋਈ ਪਾਉਣਾ ਹੁੰਦਾ, ਕਹਿੰਦੇ ਜਿਵੇਂ ਕੋਈ ਕੇਸ ਕੂਸ ਪਾਉਣਾ ਹੁੰਦਾ ਕਿਸੇ ਨੇ, ਕਿਸੇ ਕੋਲ ਪੈਸੇ ਪੂਏ ਲੈਣੇ ਹੁੰਦੇ, ਪ੍ਰੋਪਰਟੀ ਜਬਤ, ਉਹ ਫਿਰ ਪ੍ਰੋਪਰਟੀ ਵੀ ਜਬਤ ਨਹੀਂ ਇੱਦਾਂ ਹੁੰਦੀ? ਨਹੀਂ ਕਰ ਸਕਦੇ, ਕਰ ਸਕਦੇ, ਪਰ ਔਖਾ ਹੋ ਜਾਂਦਾ। ਜੇ ਟਰੱਸਟ ਬਣਿਆ ਹੋਇਆ ਨਾ ਤਾਂ ਫਿਰ ਕੰਮ ਔਖਾ ਹੋ ਜਾਂਦਾ ਜੀ। ਅਤੇ ਟਰੱਸਟ ਬਣਾਉਣ ਵਾਸਤੇ ਅਤੇ ਵਿਲ ਬਣਾਉਣ ਵਾਸਤੇ ਕੀ ਕਰਨਾ ਚਾਹੀਦਾ ਸਾਡੇ ਦਰਸ਼ਕਾਂ ਨੂੰ?
नहीं तो आके मिलन फिर सारी डिटेल असी पूछते हैं भी थोड़ा फैमिली मैंबर कौन कौन है किसी की की उम्र है प्रॉपर्टी की है ये सानू सारी डिटेल देनी पैंदी है। अच्छा थोड़ी मन की इच्छा की है तुसी की चाहते हो भी की हो वे? जी अच्छा और ये तुसी पावर ऑफ अटर्नी भी तैयार करके दे सकते हो मैडिकल पावर ऑफ अटर्नी थोड़ी जनरल पावर ऑफ अटर्नी। अच्छा जो ट्रस्ट तैयार करते हैं विल ओहदा हिस्सा ही है जी विल असी नाल तैयार करके देने। अच्छा जी तो करा लेनी चाहिए है वैसे बहुत सारे। अच्छा एक ये भी धारणा बने। हाँ जी तुम कंप्लीट करो पहले एक चीज़ मैं होर क्लीयर करनी चाहना अपने बंद भुलेखा भी जे उन्होंने वसीयत ना तैयार की तो उन्होंने पिछों सारी चीज़ सरकार ले जूगी। हाँ गलत है यही सवाल से मैं करने वाला भी साढ़े भी दिमाग से बैठा कि जो वसीयत ना हुई तो प्रॉपर्टी गां बच्चों के ना वाइफ के जो बंदे की जो गल करिए जिदे ना घर हैगा वो डैथ हो गई है तो वह गां वाइफ में मिलती है ज बच्चों मिलती है? यह जिमें कैलीफोर्निया लॉ है वो मुताबिक पहला वाइफ न है फिर बच्चा है। अच्छा जी ये सारा कुछ लिखा हुआ कोर्ट के जो बैठ के अगले फिर कोर्ट दिखा देता भी आ लो जी देख लो आप अखा ना जी तो इतने लॉ फॉलो किया जाता है इंडिया तो जज आपदे ही कर देंगे पर इतने अगला पढ़ के आता केस तैयारी कर। बिल्कुल जी सिस्टम तो इधर बहुत वधिया बनया असी थोड़े जिहा अवेयर होने की लोड़ हैगी तो वसीयत बारे जिल असी कह रहे हैं ज ट्रस्ट बारे मेरे ख्याल बहुत घट पंजाबियों पता है तो ट्रस्ट जोड़ा बनता वो किमें बनता आम तौर पर यह मनिया जाता कि ट्रस्ट बनता कदे कोई है, कोई लैके बने जाता तो ट्रस्ट में सारे बंदे करते भी तो हो सकते मैं सवाल नहीं समझ आया जी। सवाल ये कि ट्रस्ट की असी गल की है जो असी कोई कहने ट्रस्ट बना लो तो उन्होंने ये ट्रस्ट के पता नहीं किनू किनू लेना पड़ेगा बाहरला बंदा होएगा कोई जे घर के चार मैंबर है तो वह भी ट्रस्ट के मैंबर हो सकते जो बाहर बाहरले की लोड़ ही नहीं थोनू। अच्छा ये तो तुम करते करते जी समझते हो तो जे हाँ जी मैं थोड़ा जि क्लीयर होर कर दी जो ट्रस्ट बनया हुआ है फिर घर के मुखी की फिर सारी जी प्रॉपर्टी मान लो चार घर ने तो चारे ट्रस्ट के रखते चार ट्रस्ट के पाने चाहिए पाने चाहिए हाँ। तो जे मान लो किसी एक की डैथ हो जाती है किसी बंद की तो वो कोई बड़ा फर्क नहीं बाकी फिर नहीं नहीं कोई बड़ा फर्क नहीं ना बंदा क्योंकि हम थोड़ा कोर्ट जाने की लड़ नहीं ट्रस्ट ने थोड़ा काम सौखा करता जी। सो यह बहुत जरूरी है जी सलाह लै लो इन्हों को धालीवाल साहब गुरबीर सिंह सैनी साहब बैठे ने कि सलाह लैन का कोई हर्ज नहीं है कोई भी इमीग्रेसन की गल हो एक धालीवाल साहब कहने होंगे भी कोई किसी तरह की भी लीगल प्रॉब्लम हैगी माड़ा थोड़े कन में पा दौ तो जरूर वो सही सलाह दोगे ये जरूर कर लो हजूर इतने आके मैं टैक्स स्टार्ट होया एज ए टैक्स अटर्नी टैक्स का काम स्लो सी बाकी अपने कलाइंट जिहड़े देसी सीगे वह कहिंदे सी असीं होर किसे वकील नूं की लभीए तुसीं काम कर दो ते या होर सीगा भी अंग्रेजी आउंदी नहीं मुठ्ठी बंद सी उहदे करके मैनूं होर होर लाइनां च पंगा लैणा पिया उहनें बहुत कुछ सिखाया जी। सो उहदे नाल मैं अज इह कहना हुंदा अपने भैण भाइयां नूं भी यार कोई लीगल इशू है इक वारी मेरे कन्न चों कढ दो जी जे मेरे को सल्यूशन है नहीं गा मैं थोड़ा इलाज नहीं दस सकता तो एटलीस्ट मैं थोड़ा फिर राह पा दूंगा भी की यदा करना जी। बिल्कुल बहुत वधिया तो अपने को समा तकरीबन हम थोड़े ही होर रह गया तो सैनी साहब तुम साडे दर्शकों की कहना चाहते की सुनेहा देना चाहते जी अपनी धालीवाल ला ग्रुप बारे की होर जानकारी देनी चाहते किसी किसी भी चीज़ लोड़ हैगी असं हमेशा हाजिर है उत्थे सू जो मर्जी कॉल कर सकते हो जे कि नोटरी की लड़ हैगी असं नोटरी सर्विस अवेलेबल है साढ़े को स्टॉकटन भी है सेंटर भी है जिते भी आना किसी उ जा सकते हैं सानू कॉल कर लैन तो वी आर रेडी एवरी टाइम। अच्छा स्टॉकटन तो तुम गल की है सेंटा क्लारा की बे एरिए कोई दिन बनया हुआ या पहला फोन करके ही थोड़े को अपॉइंटमेंट बना के आ सकते ज कोई सीधा भी है जी तुम इस दिन फलानी लोकेशन पर आ सकते हो तो इस दिन फलानी जो मंडे की गल कर मंडे तो सैटरडे तो उत्थे होंगे स्टॉकटन जी पक्का ही होंगे जे कि बिच लोड़ हैगी आ सकते हैं उत्थे वीकडे भी सानू कॉल कर लो दफ्तर तो तुम दस देंगे कुड़िया भी आ सकते जी। सरदार रतनदेव सिंह जी धालीवाल साहब तुम कि साढ़े दर्शकों को सुनेहा देना चाहते अखीर दे अखीर च एक प्रॉब्लम अपने होर आँदी आप कारपोरेशन के ना तो बड़े डरते हैं डरो ना हजूर कारपोरेशन एक बंदा भी बना सकता थोड़ा दो की लड़ नहीं है उत्तर ये भी अपनी कम्यूनिटी बहुत बड़ा भुलेखा जी कारपोरेशन जे डरते हैं लोग बुला लोग बुलाने तो डरते पता नहीं यार कारपोरेशन कि व्डा पंगा गल पैजूगा पर दैट्स नॉट ट्रू जो बिजनेस कर रहे हो तो यह थोनू बचा जी ए बचत बड़ी स्ट्रोंोंग है जी। सो थोनू ए अभी बहुत गल्ला दस सकते हैं जो एक बार बैठ के थोड़े केस में देख भी की कुछ करो तो चीज़ा तो लाइफ थोड़ी इतने सौखी हो जूगी जी।
तो चलो जी बहुत बड़ा धन्यवाद साढ़े दर्शकों एक बार फिर दस देव नंबर स्क्रीन पर आ रहे हैं इन्हों के साढ़े को नंबर लेने चलो साढ़े को भी लै सकते हो स्टॉकटन तो सेंटा क्लारा के इन्हों के ऑफिस है तो हर तरह की लीगल जी सर्विस कोई भी हैगी प्रोवाइड करते हैं फोन करके तुम अपनी कोई गल जी इन्हों को पहला सलाह लै सकते हो फिर इन्हों को विच कर सकते हो सो उम्मीद करते जी जानकारी जी दी धालीवाल साहब ने तो सैनी साहब ने सबू बहुत वधिया लगी होएगी और कम भी आएगी सो मैं थोड़ा बहुत बहुत धन्यवाद करता जी बहुत साढ़े स्टूडियो के आए बड़ी मेहरबानी जी सत श्रीकाल जी धालीवाल साहब तो सैनी साहब धालीवाल ला ग्रुप तो साढ़े स्टूडियो आए से आए हुए तो ब्रेक तो बाद हूँ चले जाएंगे तो मैं ब्रेक तो बाद फिर हाजिर होऊंगा तो असी गल जी है तोड़िया कल सिलसिला जरा वो शुरू करा लवेंगे कोई ना कोई विशा रख के तो फिलहाल एक ब्रेक लेने जोड़े साढ़े दर्शक ने वो जुड़े रहो जस पंजाबी दे नाल मिलते हैं जी ब्रेक तो बाद हाजिर है जी ब्रेक तो बाद एक बार फिर ब्रेक तो पहला साढ़े नाल जुड़े हुए थे रतनदेव सिंह धालीवाल अटॉर्नी तो गुरमीत सिंह सैनी बड़ी वधिया उन्होंने जानकारी दी है तो हूँ आप उस विषय को अगे तोरते मेरे दिमाग दे विच आया जदों ब्रेक दे विच भी जिहड़ी असीं गल उन्होंने कर रहे थे वसीयत की पंजाब दे विच वसीयत बहुत घट हुंदी है पर पंगा यह भी हैगा साढ़े भी जो कोई बजुर्ग वसीयत कर दिंदा पहलां तो उदू बाद बेचारे गुरुद्वारे रातां कट्टणियां पैंदियां सो वसीयत की गल असीं अज करांगे विल जिहनूं असीं कहिंदे आ विल जां वसीयत किन्नी कु जरूरी है कि इहदे फायदे ने की नुकसान है अगर पंजाब की असी गल करिए 90% केस लड़ाइया जड़ियाँ वो यही होंदियां बाद दे विच क्योंकि वसीयत कोई नहीं की होंगी तो वसीयत फिर नकली भी बन लग पी फिल्मों की गल करिए नकली बना के भी साइनसून हो जाते की आ वसीयत की ये फायदे ने की नुकसान ने तुहाड़ियां कालां सिलसिला आप शुरू करते हैं तो नाल दी नाल कोई भी जानकारी देनी चाहते हो इस बारे तो वह भी दे सकते हो जी हाँ जी सत श्रीकाल जी तुम आने रहो सरदार गुरमेल सिंह जी धीर साहब जी धीर साहब हैलो जी धीर स्वागत स्वागत है जी धीर साहब की कहना चाहते जी वसीयत की आप गल कर रहे थे चलो कोई पहला अपडेट हैगी है तो कर दो पहला कनेडा की कैनेडा की अपडेट बीसी अग् बहुत लगे हुई ने यह गर्मी करके जी कैलीफोर्निया भी काफ़ी होंगी गर्मी गर्मी करके ज की कारण ये क्योंकि देखो तुम बीसी ब्रिटिश कोलंबिया से कैलिफोर्निया दोनों इको एक्सिस से पैंदे ने हाँ जी ये टाइम कोड भी टाइम जोन भी एको ही है दोनों का हाँ जी और ये गर्मी करके 1151 अग् लगी हुई जंगल च हाँ जी इतने भी है जी 600-700 हर साल ही प्रॉब्लम आती है बीसी च भी आती है तो कैलिफोर्निया च भी आती है नहीं इहदा धीर साहब वैसे चलो असीं गल करदे आ साडे पंजाबी भी बहुत सारे प्रभावित होए पिछे जे अग लगी इत्थे यूनिवर्सिटी तो अगे चीको तो उपर पंजाबियों नूं घर छड़ के जाने पए सीगे काफ़ी तो ये अगां दे कारण की ने कोई कोई शरारत करदा जां कोई की कारण हैगे ने नहीं शरारत नहीं करदे ये जिहड़ा दुनिया दा टैंपरेचर वध गया ना हाँ जी जिस तरह मैं अगे भी दस्सिया सी वी 3 डिग्री टैंपरेचर दा वध जाणा बहुत ज़्यादा हुंदा जी जो ये आप सारे पता मनुख मनुखता का ही इन्होंने कांड किया असी कांड किया इंसान ने ठीक है माड़ा होल्ड रखो जी हाँ जी कंटिन्यू धीर साहब असी नुकसान किया सारी जी कुदरत जो जो सृष्टि है सारा असी कांड किया असी कारा इन चल दिया ने फैक्ट्रिया चल दिया ने ते ट्रेना चल दिया ने पोल्यूशन सारा गंदा करता उहदे नाल ये सारा फिर टैंपरेचर अप होया जी अजे 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 सरकारा कोई चंगी तरह कंट्रोल नहीं कर रही है अच्छा इहदे च टैंपरेचर अप हो गया ठीक है जी मान लिया ते पर उदू बाद फिर अग लगन का की कारण बनता कोई ज्यादा सुक जाते पत्ते उन्होंने ये जी हीट ही इन्नी ज्यादा होंगी कि उहदे नाल आटोमैटिक अग लग जाती इत्थे जो जिहड़ा सूरज है ना 3 बजे ਇਹਨਾਂ ਮੁਲਕਾਂ ਦੇ ਵਿੱਚ ਪੂਰਾ ਤਪਸ਼ ਤੇ ਹੁੰਦਾ ਦੁਪਹਿਰੇ 3 ਵਜੇ ਹਾਂਜੀ ਜੀ ਤੇ ਉਹਦੇ ਨਾਲ ਫਿਰ ਜਿਹੜੇ ਦਰਖਤਾਂ ਦੇ ਪੱਤੇ ਨੇ ਉਹਨਾਂ ਨੂੰ ਫਿਰ ਉਹ ਜ਼ਿਆਦਾ ਜੋ ਸੇਕ ਲੱਗਦਾ ਧੁੱਪ ਦਾ ਜੀ ਉਹਦੇ ਨਾਲ ਫਿਰ ਲੋ ਵਗਦੀ ਆ ਲੋ ਵੀ ਗਰਮ ਹੁੰਦੀ ਆ ਤੇ ਉਹਦੇ ਨਾਲ ਫਿਰ ਅੱਗਾਂ ਲੱਗਦੀਆਂ ਨੇ ਜੀ ਹੁਣ ਕਿ ਵੀ ਵੈਨਕੂਵਰ ਦੇ 250 ਕਿਲੋਮੀਟਰ ਨੌਰਥ ਵੱਲ ਉੱਤਰ ਵੱਲ ਇੱਕ ਪਿੰਡ ਸੀ ਉਹ ਉਹਦਾ ਹੁਣ ਮੈਂ ਨਾਂ ਨਹੀਂ ਯਾਦ ਆ ਰਿਹਾ ਤੇ ਉਹ ਉੱਥੇ ਜ਼ਿਆਦਾ ਨੇਟਿਵ ਇੰਡੀਅਨ ਲੋਕ ਰਹਿੰਦੇ ਸੀ
वसीयत दी गल वसीयत बारे जानकारी दिओ साडे दर्शकां नूं कतल हो जाते ने कई बार ਜਿਹੜੇ ਵਸੀਅਤ ਲੈ ਕੇ ਵੀ ਜਾਂਦੇ ਆ ਉਸ ਤੋਂ ਬਾਅਦ ਵੀ ਝਗੜੇ ਹੋ ਜਾਂਦੇ ਨੇ ਕਿਉਂਕਿ ਦੂਜੇ ਭਰਾ ਨਹੀਂ ਜਾਂ ਜਿਹੜੇ ਚਾਚੇ ਤਾਏ ਹੁੰਦੇ ਨੇ ਉਹ ਨਹੀਂ ਛੱਡਦੇ ਹੁਣ ਦੇਖੋ ਮੇਰੇ ਫਾਦਰ ਦੀ ਐਕਸੀਡੈਂਟ ਨਾਲ ਡੈਥ ਹੋ ਗਈ ਸੀ ਅੱਛਾ ਜੀ ਉਦੋਂ 56 ਸਾਲ ਦੀ ਉਮਰ ਸੀ ਉਹਨਾਂ ਦੀ ਲੇਕਿਨ ਉਦੋਂ ਉਹਨਾਂ ਨੇ ਕੋਈ ਵਸੀਅਤ ਨਹੀਂ ਸੀ ਬਣਾਈ ਜਦੋਂ ਮੇਰਾ ਬ੍ਰਦਰ ਇੱਥੋਂ ਕੈਨੇਡਾ ਤੋਂ ਗਿਆ ਮੈਂ ਨਾਲ ਗਿਆ ਸਾਡੇ ਪਿੰਡ ਦੇ ਸਰਪੰਚ ਕੋਲ ਸਰਪੰਚ ਮੈਨੂੰ ਦਿਖਾਉਂਦਾ ਰਿਹਾ ਮੇਰੇ ਫਾਦਰ ਵੱਲੋਂ ਵਸੀਅਤ ਤੇ ਮੈਂ ਲਿਖਦਾ ਗਿਆ ਬਈ ਮੇਰੇ ਮੇਰੇ ਮੌਤ ਦੇ ਬਾਅਦ ਮੇਰੇ ਚਾਰੇ ਪੁੱਤਰ ਮੇਰੀ ਸਾਰੀ ਚੱਲ ਅਟਲ ਜਾਇਦਾਦ ਦੇ ਬਰਾਬਰ ਦੇ ਮਾਲਕ ਹੋਣਗੇ ਹਾਂਜੀ ਜੀ ਜੀ ਅੱਛਾ ਇਹ ਤੇ ਚਲੋ ਬੜਾ ਵਧੀਆ ਮਾਹੌਲ ਸੀ ਪਿੰਡਾਂ ਦੇ ਵਿੱਚ ਪ੍ਰੋਬਲਮ ਨਹੀਂ ਸੀ ਆਉਂਦੀ ਤੇ ਅਗਰ ਅਸੀਂ ਅੱਜ ਦੇ ਪੰਜਾਬ ਨੂੰ ਦੇਖੀਏ ਤੇ ਅੱਜ ਦੇ ਪੰਜਾਬ ਦੇ ਵਿੱਚ ਵਸੀਅਤ ਕਿੰਨੀ ਕੁ ਜ਼ਰੂਰੀ ਹੈ ਜ਼ਰੂਰੀ ਤਾਂ ਹਰ ਵਕਤ ਹੀ ਆ ਜ਼ਰੂਰੀ ਤਾਂ ਬਹੁਤ ਆ ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਕਈ ਵਾਰੀ ਉੱਥੇ ਅਦਾਲਤਾਂ ਦਾ ਸਿਸਟਮ ਵੀ ਏਦਾਂ ਹੀ ਆ ਉੱਥੇ ਸਾਰੇ ਕਾਗਜ਼ ਪੱਤਰ ਸਭ ਪੁੱਠੇ ਹੋ ਜਾਂਦੇ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਕਈ ਵਾਰੀ ਵਸੀਅਤ ਨੂੰ ਨਕਲੀ ਉਹ ਕਰਾਰ ਦੇ ਦਿੰਦੇ ਆ ਕੀ ਕਰੋਗੇ ਉੱਥੇ ਹੋ ਜਾਂਦਾ ਜੀ ਤੇ ਕੈਨੇਡਾ ਦੀ ਅਸੀਂ ਗੱਲ ਕਰੀਏ ਜ਼ਰੂਰ ਜਾਣਕਾਰੀ ਤੁਸੀਂ ਦਿਓ ਵੀ ਉੱਥੇ ਜਿਵੇਂ ਇੱਥੇ ਅਮਰੀਕਾ ਦੇ ਟਰੱਸਟ ਦੀ ਗੱਲ ਕੀਤੀ ਪਹਿਲਾਂ ਵਕੀਲ ਸਾਹਿਬ ਨੇ ਤੇ ਇਹੋ ਜਿਹਾ ਉੱਧਰ ਵੀ ਹੈਗਾ ਵੀ ਟਰੱਸਟ ਬਣਾ ਲੈਣਾ ਚਾਹੀਦਾ ਕੈਨੇਡਾ 'ਚ ਹਾਂਜੀ ਮੈਂ ਆਪਣੇ ਬੱਚਿਆਂ ਦੇ ਨਾਲ ਵਸੀਅਤ ਲਿਖਾਈ ਹੋਈ ਆ ਪਹਿਲਾਂ ਹੀ ਅੱਛਾ ਤੁਸੀਂ ਲਿਖਾਈ ਹੋਈ ਪਹਿਲਾਂ ਹੀ ਮੈਂ ਲਿਖਾਈ ਹੋਈ ਆ ਕਿਉਂਕਿ ਜ਼ਿੰਦਗੀ ਦਾ ਤਾਂ ਕੋਈ ਪਤਾ ਨਹੀਂ ਹੁੰਦਾ ਹਾਂਜੀ ਕਿਹੜੇ ਵੇਲੇ ਕੀ ਹੋ ਜਾਵੇ ਬੰਦਾ ਤੁਰਿਆ ਜਾਂਦਾ ਡਿੱਗ ਪੈਂਦਾ ਬਿਲਕੁਲ 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 ਮੈਂ ਇਸ ਵਿਚਾਰਾਂ ਦਾ ਤਾਂ ਮੈਂ ਹੈ ਨਹੀਂ ਵੀ ਜਿੱਦਾਂ ਆਪਣੇ ਚਾਹੁੰਦੇ ਹੋ ਨਾ ਤੂੰ ਇਹ ਬਾਰੇ ਕਾਹਨੂੰ ਸੋਚਦਾ ਨਾ ਵੀ ਨਹੀਂ ਜਿਹੜੀ ਮੌਤ ਆ ਇਹ ਅਟਲ ਆ ਵੈਸੇ ਗੋਰੇ ਤਾਂ ਇਹ ਕਹਿੰਦੇ ਨੇ ਜੀ ਵੀ ਭਾਵੇਂ ਉਮਰ 50 ਸਾਲ ਆ ਚਾਹੇ 30 ਸਾਲ ਆ ਚਾਹੇ 20 ਸਾਲ ਆ ਚਾਹੇ 100 ਸਾਲ ਆ ਵੀ ਇਹ ਟਰੱਸਟ ਨਾਲ ਦੀ ਨਾਲ ਬਣਾ ਦਿੰਦੇ ਨੇ ਉਹ ਹਾਂਜੀ ਹੁਣ ਚਾਈਨੀ ਲੋਕਾਂ ਦੇ ਵਿੱਚ ਕੀ ਆ ਇਹ ਆਪਣੇ ਬੱਚਿਆਂ ਦੇ ਸ਼ੁਰੂ ਤੋਂ ਬਣਾ ਦਿੰਦੇ ਨੇ ਬਿੱਲ ਬਣਾ ਦਿੰਦੇ ਇੰਗਲਿਸ਼ 'ਚ ਬਿੱਲ ਕਹਿੰਦੇ ਨੇ ਇਹਨੂੰ ਵਸੀਅਤ ਨੂੰ ਵਸੀਅਤ ਬਿੱਲ ਮੈਂ ਆਪ ਜਾ ਕੇ ਆਪਣੇ ਬੱਚਿਆਂ ਨੂੰ ਨਾਲ ਜਾ ਕੇ ਵਕੀਲ ਦੇ ਲੈ ਕੇ ਗਿਆ ਸੀ ਮੇਰੀ ਵਾਈਫ ਵੀ ਨਾਲ ਸੀ ਬਈ ਮੈਂ ਇਸ ਤਰ੍ਹਾਂ ਬਣਾਈ ਵੀ ਜੇ ਮੇਰੀ ਡੈਥ ਹੋ ਜਾਂਦੀ ਆ ਮੇਰੇ ਬਾਅਦ ਮੇਰੀ ਜਿਹੜੀ ਵਾਈਫ ਆ ਉਹ ਮੇਰੀ ਹੱਕਦਾਰ ਆ ਮੇਰੀ ਜਾਇਦਾਦ ਦੀ ਇਹਨਾਂ ਨਾ ਹੋਵੇ ਬੱਚੇ ਜ਼ਮੀਨ ਸਾਰਾ ਘਰ ਵਗੈਰਾ ਲੈ ਜਾਂਦੇ ਚਲੋ ਪਰਮਾਤਮਾ ਕਰੇ ਇਦਾਂ ਨਾ ਹੋਵੇ ਪਰ ਬਹੁਤ ਘਰਾਂ 'ਚ ਇਹ ਚੀਜ਼ਾਂ ਹੋਈਆਂ ਨੇ ਹੁੰਦਾ ਨਹੀਂ ਹੁੰਦਾ ਮੈਂ ਤਾਂ ਅਸੀਂ ਫਿਰ ਸਾਡੀ ਪੜ੍ਹਾਈ ਦਾ ਕੀ ਫਾਇਦਾ ਜੇ ਅਸੀਂ ਅੱਜ ਕੱਲ ਦੇ ਹਾਲਾਤ ਦੇ ਮੁਤਾਬਕ ਨਹੀਂ ਚੱਲਦੇ ਇਹ ਨਹੀਂ ਸੋਚਣਾ ਚਾਹੀਦਾ ਜਿਹੜੀ ਮੌਤ ਆ ਕਿਸੇ ਵੇਲੇ ਆ ਸਕਦੀ ਆ ਤੇ ਮੇਰੀ ਵਾਈਫ ਦਾ ਕੀ ਬਣੂ ਅਗਰ ਬੱਚੇ ਨਾ ਪੁੱਛਣ ਬਿਲਕੁਲ ਜੀ ਬਿਲਕੁਲ ਚਲੋ ਮਿਹਰਬਾਨੀ ਔਰ ਫਿਰ ਮੈਂ ਇਹ ਵੀ ਨਾਲ ਲਿਖਿਆ ਸੀ ਵੀ ਮੇਰੀ ਵਾਈਫ ਨੂੰ ਅਗਰ ਕੁਛ ਹੋਏ ਉਸ ਤੋਂ ਬਾਅਦ ਮੇਰੇ ਬੱਚੇ ਪ੍ਰਾਪਰਟੀ ਦੇ ਬਰਾਬਰ ਦੇ ਹੱਕਦਾਰ ਨੇ ਸਾਰੇ ਜਾਣੇ ਠੀਕ ਹੈ ਹਾਂ ਸਾਰੇ ਚਲੋ ਵਧੀਆ ਜੀ ਵਧੀਆ ਇਹ ਬਣਾ ਲੈਣੀ ਚਾਹੀਦੀ ਆ ਇਹਦੇ ਵਿੱਚ ਕੋਈ ਬਹੁਤਾ ਖਰਚਾ ਨਹੀਂ ਆਉਂਦਾ $300-400 ਵਕੀਲ ਤੁਹਾਡੇ ਕੋਲ $300 ਲੈ ਲੂਗਾ ਕਿਹੜਾ ਜ਼ਿਆਦੇ ਹੁੰਦੇ ਨੇ ਹਾਂਜੀ ਪਰ ਇਹ ਬਣਾ ਲੈਣੀ ਚਾਹੀਦੀ ਆ ਜੀ ਚਲੋ ਮਿਹਰਬਾਨੀ ਜੀ ਜ਼ਰੂਰ ਹਾਂਜੀ ਅਸੀਂ ਵੀ ਇਹ ਸਲਾਹ ਦਿੰਦੇ ਹਾਂ ਦਰਸ਼ਕਾਂ ਨੂੰ ਬਹੁਤ ਮਿਹਰਬਾਨੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਸਰਦਾਰ ਸੁੰਦਰ ਸਿੰਘ ਜੀ ਹਾਂਜੀ ਸਰਦਾਰ ਜਗਤਾਰ ਸਿੰਘ ਜੱਗੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਕਾਫੀ ਮੇਰੇ ਖਿਆਲ ਦਿਨਾਂ ਬਾਅਦ ਮੈਂ ਹੀ ਮੇਰੇ ਖਿਆਲ ਕਾਫੀ ਦਿਨਾਂ ਬਾਅਦ ਆਇਆ ਸੀ ਕੱਲ੍ਹ ਤੁਸੀਂ ਕਈ ਦਿਨ ਬਤਾਏ ਮੈਂ ਤਾਂ ਸੋਮਵਾਰ ਵੀ ਬਿਠਾਈ ਉਧਰ ਮੈਂ ਕਿਹਾ ਤੁਸੀਂ ਲਾਇਆ ਸੀ ਰਿਕਾਰਡਰ ਸੀ ਸੋਮਵਾਰ ਪੁਰਾਣਾ ਸੀ ਹਾਂਜੀ ਉਹ ਪ੍ਰੋਗਰਾਮ ਹਾਂ ਹਾਂ ਫਿਰ ਮੈਂ ਪਿਛਲੀ ਵੀ 2-3 ਦਿਨ ਲਾ ਕੇ ਰੱਖਿਆ 2 ਦਿਨ ਗੱਲ ਨਹੀਂ ਹੋਈ ਉਦਾਂ ਕੱਟ ਗਿਆ ਅੱਧਾ ਘੰਟਾ ਹੋਲਡ ਰਹਿ ਕੇ ਨਹੀਂ ਇਦਾਂ ਤਾਂ ਨਹੀਂ ਇਦਾਂ ਹੁੰਦੀ ਜੇ ਜ਼ਿਆਦਾ ਹੋ ਸਕਦਾ ਕੱਲ ਕੋਲ ਜ਼ਿਆਦਾ ਹੋ ਵੀਰਵਾਰ ਨੂੰ ਹੋਈ ਮੇਰੇ ਖਿਆਲ ਇਦਾਂ ਜੀ ਹੋਰ ਸੁਣਾਓ ਠੀਕ ਹੈ ਕੀ ਕੀ ਵਿਚਾਰ ਨੇ ਜੀ ਤੁਹਾਡੇ ਵਸੀਅਤ ਬਿੱਲ ਵਸੀਅਤ ਬਿੱਲ ਦਾ ਬਾਰੇ ਵਿਚਾਰ ਤਾਂ ਇਹ ਕਰਾ ਲੈਣੀ ਚਾਹੀਦੀ ਜੀ ਪਰ ਇਹ ਇੱਦਾਂ ਹੁੰਦੀ ਹੈ ਬਈ ਉਹ ਲਾਗੂ ਤਾਂ ਮਰੇ ਤੋਂ ਹੁੰਦੀ ਬਾਅਦ ਬੰਦੇ ਤੋਂ ਉਹਦੇ ਵਿੱਚ ਲਿਖਿਆ ਜਾਂਦਾ ਜਿੱਦਾਂ ਤੇ ਜੇ ਤੁਸੀਂ ਜੀਂਦੇ ਜੀਂਦੇ ਕੋਈ ਤੁਹਾਨੂੰ ਖਤਰਾ ਦਿਸਦਾ ਤੁਸੀਂ ਉਹਨੂੰ ਪੜਵਾ ਵੀ ਸਕਦੇ ਆ ਜੀ ਅੱਛਾ
ਹਾਂ ਜਿੱਦਾਂ ਤੁਸੀਂ ਹੁਣ ਬਸ਼ੀਤ ਕਰਾਤੀ ਆਪਣੇ ਕਿਸੇ ਨਿਆਣਿਆਂ ਦੇ ਨਾਂ ਤੇ ਜੇ ਤੁਹਾਨੂੰ ਲੱਗਦਾ ਵੀ ਨਿਆਣੇ ਕੋਲ ਖਤਰਨਾਕ ਕੰਮ ਕਰ ਰਿਹਾ ਤੁਸੀਂ ਉਹ ਤੜਾ ਵੀ ਸਕਦੇ ਆ ਜੀ ਉਹਨੂੰ ਚੇਂਜ ਵੀ ਕਰ ਸਕਦੇ ਆ ਹਾਂ ਚੇਂਜ ਵੀ ਕਰ ਸਕਦੇ ਆ ਤੁਸੀਂ ਕਿਸੇ ਹੋਰ ਨੂੰ ਵੀ ਦੇ ਸਕਦੇ ਆ ਤੇ ਉਹਦੇ ਵਿੱਚ ਤੁਸੀਂ ਲਿਖ ਵੀ ਸਕਦੇ ਆ ਬਈ ਇਹ ਮੈਂ ਤੜਾਈ ਆ ਮੈਂ ਦੁਬਾਰਾ ਫੇਰ ਕਰੂੰਗਾ ਜੀ ਅੱਛਾ ਇਹ ਹੈਗੀ ਆਪਸ਼ਨ ਹਾਂਜੀ ਇਹ ਆਪਸ਼ਨ ਹੈਗੀ ਆ ਤੇ ਜੋ ਉੱਦਾਂ ਉਹ ਲਾਗੂ ਫਿਰ ਆਪਾਂ ਜਦੋਂ ਚਲੇ ਜਾਂਦੇ ਸੰਸਾਰ ਤੋਂ ਬਾਅਦ ਚ ਹੁੰਦੀ ਕਈ ਪਹਿਲਾਂ ਵੀ ਕਰਾਉਣ ਦੇ ਯਕੀਨ ਵਾਲੇ ਚੜਾ ਦਿੰਦੇ ਪਹਿਲਾਂ ਵੀ ਚਲੋ ਪਰ ਉਹ ਜਾ ਕੀ ਕਰਾਉਂਦੇ ਫਿਰ ਮੇਰੇ ਗਏ ਤੋਂ ਬਾਅਦ ਹੀ ਜਿੱਦਾਂ ਡਿਵਾਈਡ ਹੋ ਜਾਵੇ ਜਿਹਨੂੰ ਜਿਹਨੂੰ ਲਿਖਿਆ ਉਹਦੇ ਵਿੱਚ ਸਭ ਕੁਛ ਜੀ ਮਾੜਾ ਜਿਹਾ ਹੋਲਡ ਰੱਖੋ ਜੀ ਸੁਰਿੰਦਰ ਸਿੰਘ ਜੀ ਤੇ ਉਹਨੂੰ ਤੁਸੀਂ ਬਦਲ ਸਕਦੇ ਆ ਆਪਣੀ ਮਰਜ਼ੀ ਨਾਲ ਮਗਰੋਂ ਵੀ ਜੀ ਤੇ ਇੱਧਰ ਜਿਵੇਂ ਟਰੱਸਟ ਦਾ ਕਹਿੰਦੇ ਵੀ ਜ਼ਿਆਦਾ ਫਾਇਦਾ ਵਸੀਅਤ ਨਾਲੋਂ ਅਗਰ ਟਰੱਸਟ ਬਣਿਆ ਤਾਂ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਲੀਗਲੀ ਨਹੀਂ ਆਉਂਦੀ ਅਤੇ ਖਰਚਾ ਵੀ ਨਹੀਂ ਹੁੰਦਾ ਅਤੇ ਬਾਅਦ ਦੇ ਵਿੱਚ ਅਗਰ ਕੋਈ ਉਨੀਕ ਹੀ ਹੁੰਦੀ ਆ ਟਰੱਸਟ ਦਾ ਬਹੁਤ ਫਾਇਦਾ ਜੀ ਟਰੱਸਟ ਦਾ ਇਹ ਫਾਇਦਾ ਵੀ ਜੇ ਤੁਹਾਤੋਂ ਜਿੱਦਾਂ ਹੁਣ ਆਪਾਂ ਚੌਂ ਬੰਦੇ ਦਾ ਟਰੱਸਟ ਬਣਿਆ ਕੋਈ ਆਪਣੇ ਕੋਈ ਜਾਇਦਾਦ ਆ ਉੱਥੇ ਕੋਈ ਲੋਨ ਆ ਉੱਥੇ ਕੋਈ ਜਾਂ ਆ ਉਹ ਇੱਦਾਂ ਕਰਨਾ ਟਰੱਸਟ ਬਣਾ ਕੇ ਉਹਦੇ ਟਰੱਸਟੀ ਆਪ ਬਣ ਜਾਣਾ ਤੁਸੀਂ ਅੱਛਾ ਜੀ ਜਿੱਦਾਂ ਹੁਣ ਟਰੱਸਟ ਤੁਸੀਂ ਬੱਚਿਆਂ ਦੇ ਨਾਂ ਬਣਾ ਤਾ ਆਪਣੀ ਨੂੰਹ ਦੇ ਨਾਂ ਮੁੰਡੇ ਦੇ ਘਰ ਵਾਲੀ ਬਣਾ ਕੇ ਟਰੱਸਟ ਉਹਦੇ ਟਰੱਸਟੀ ਤੁਸੀਂ ਆਪ ਬਣ ਜਾਣਾ ਆ ਟਰੱਸਟੀ ਆ ਅੱਛਾ ਹਾਂ ਉਹ ਜੇ ਤੁਹਾਡੇ ਬੱਚੇ ਵੀ ਨਹੀਂ ਉਹ ਜਾਇਦਾਦ ਨੂੰ ਛੇੜ ਸਕਦੇ ਤੇ ਜੇ ਕਿਸੇ ਨੇ ਤੁਹਾਡੇ ਕੋਲ ਲੈਣਾ ਦੇਣਾ ਉਹ ਵੀ ਨਹੀਂ ਛੇੜ ਸਕਦਾ ਅੱਛਾ ਇਹ ਵੀ ਹੈਗਾ ਹਾਂਜੀ ਉਹ ਜੇ ਉਹਨਾਂ ਨੂੰ ਬੱਚਿਆਂ ਤੋਂ ਕੋਲ ਲੈਣ ਦੇਣਾ ਉਹ ਤੁਸੀਂ ਅੜ ਜਾਣਾ ਵਿੱਚ ਟਰੱਸਟੀ ਨੇ ਜੇ ਤੁਹਾਡੇ ਕਿਸੇ ਨੇ ਲੈਣਾ ਤਾਂ ਬੱਚਿਆਂ ਨੇ ਅੜ ਜਾਣਾ ਇਹ ਪੁਆਇੰਟ ਸੀ ਇਹ ਪੁਆਇੰਟ ਨਿਊਯਾਰਕ ਤੋਂ ਹੋਈ ਸੀ ਇਦਾਂ ਗੱਲ ਤੇ ਕਿਸੇ ਦਾ ਕਿਸੇ ਨੇ ਕੇਸ ਪਾਇਆ ਕਿਸੇ ਦੇ ਉੱਪਰ ਡੈਫਰਮੇਸ਼ਨ ਦਾ ਇੰਨੇ ਕਰੋੜ ਇੰਨੇ ਲੱਖ ਦਾ ਬੰਦ ਕਿੰਨੇ ਦਾ ਤੇ ਉਹ ਫਿਰ ਪਰ ਉਹ ਸੂਤ ਮੇਰੇ ਖਿਆਲ ਆਇਆ ਨਹੀਂ ਸੀ ਕਿਉਂਕਿ ਉਹਨੇ ਟਰੱਸਟ ਬਣਾਇਆ ਹੋਇਆ ਸੀ ਹਾਂਜੀ ਉਹ ਟਰੱਸਟ ਦਾ ਇਹੀ ਫਾਇਦਾ ਵੀ ਜੇ ਤਾਂ ਤੁਹਾਤੋਂ ਨਹੀਂ ਪੈਸੇ ਲੈਣੇ ਤਾਂ ਨਿਆਣਿਆਂ ਨੇ ਅੜ ਜਾਣਾ ਵੀ ਅਸੀਂ ਨਹੀਂ ਅਸੀਂ ਟਰੱਸਟੀ ਹਾਂ ਤੇ ਜੇ ਨਿਆਣਿਆਂ ਤੋਂ ਲੈਣੇ ਤੁਸੀਂ ਅੜ ਜਾਣਾ ਮੈਂ ਟਰੱਸਟੀ ਹਾਂ ਤੇ ਜੇ ਨਿਆਣੇ ਉਹ ਵੇਚਣੀ ਚਾਹੁਣ ਜ਼ਮੀਨ ਤੁਹਾਡੇ ਬਿਨਾਂ ਤਾਂ ਵੀ ਨਹੀਂ ਉਹ ਵੇਚ ਸਕਦੇ ਅੱਛਾ 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 ਤੇ ਉਹ ਮਾਲਕੀ ਵੀ ਤੁਹਾਡੇ ਹੱਥ ਰਹਿਣੀ ਆ ਉਹਦੀ ਟਰੱਸਟੀ ਦੇ ਠੀਕ ਹੈ ਵਧੀਆ ਉਹ ਕੇ ਬੱਚਾ ਵੀ ਜੇ ਤੁਸੀਂ ਕਿਸੇ ਦਾ ਦੇਣ ਲੈਣ ਤੋਂ ਵੱਜ ਜਾਂਦੇ ਆ ਉਹ ਫਿਰ ਤੱਕੇ ਨਾ ਨਹੀਂ ਤੁਹਾਡੇ ਕੋਲ ਲੈ ਸਕਦਾ ਜੀ ਹਾਂ ਕੋਈ ਕਿਸੇ ਤਰ੍ਹਾਂ ਦਾ ਕੇਸ ਕੋਈ ਪਾਉਂਦਾ ਹਾਂ ਤੇ ਉਹ ਨਹੀਂ ਹੋ ਸਕਦਾ ਟਰੱਸਟੀ ਦਾ ਇਹ ਆ ਜੀ ਫਾਇਦਾ ਹਾਂਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਹਾਂਜੀ ਜੀ ਚਲੋ ਲੈ ਮਿਹਰਬਾਨੀ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਉਣੇ ਹੋ ਜੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਵਿਚਾਰ ਕੌਣ ਬੋਲ ਰਹੇ ਛੋਟਾ ਮੋਟਾ ਤੇ ਤਾਂ ਵੀ ਬਣਾਉਣਾ ਚਾਹੀਦਾ ਚਾਹੇ ਵੱਡਾ ਚਾਹੇ ਦੋ ਚਾਰ ਘਰ ਕੁਛ ਵੀ ਤੁਹਾਡਾ ਬੈਂਕ ਬੈਲੈਂਸ ਜੋ ਵੀ ਹੈਗਾ ਤੁਹਾਡਾ ਸਾਰਾ ਕੁਛ ਲਿਖਾਉਂਦੇ ਖਾਂਦੇ ਆ ਵਿੱਚ ਉਹਦੇ ਵਾਹ ਜੀ ਵਾਹ ਤੁਹਾਡੇ ਘਰ ਆ ਬੜੀ ਕੋਰਟ ਜਾਣਾ ਪਿਆ ਆਪਣੇ ਪੈਸੇ ਲੱਗੇ ਸੀ ਉਹ ਦੱਸਦੇ ਸੀ ਉਹ ਕਹਿੰਦੇ 15-20 ਹਜ਼ਾਰ ਲੱਗ ਜਾਂਦਾ ਮੁੜ ਕੇ ਹਾਂਜੀ ਹਾਂਜੀ ਚਲੋ ਹੁਣ ਤਾਂ ਥੋੜੇ ਪੈਸੇ ਲੱਗਦੇ ਤੂੰ ਬਣਾ ਲੈ ਬਣਾ ਕੇ ਰੱਖ ਲਓ ਤੇ ਪੰਜਾਬ ਦੇ ਵਿੱਚ ਭਾਜੀ ਕਿਹੜਾ ਏਰੀਆ ਤੁਹਾਡਾ ਮੇਰਾ ਭੋਰਾ ਜੀ ਸ਼ੋਕਬਾਰੇ ਅੱਛਾ ਤੇ ਉੱਥੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਅਸੀਂ ਵਸੀਅਤ ਦੀ ਜੇ ਗੱਲ ਕਰੀਏ ਉੱਥੇ ਉੱਥੇ ਮੈਨੂੰ ਇਹ ਨਾ ਪਤਾ ਨਹੀਂ ਮਤਲਬ 30-35 ਸਾਲ ਇੱਥੇ ਆਏ ਹੋ ਗਏ ਆ ਮੈਂ ਅੱਛਾ ਜੀ ਉੱਥੇ ਦੇ ਬਾਰੇ ਮੈਨੂੰ ਪਤਾ ਨਹੀਂ ਕੁਝ ਚਲੋ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ ਤੁਹਾਡਾ ਬਹੁਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਉਂਦੇ ਰਹੋ ਜੀ ਖੁਰਾਣਾ ਸਾਹਿਬ ਹਾਂਜੀ ਜਗੀ ਤੁਹਾਨੂੰ ਤੇ ਸਾਰਿਆਂ ਸੋਸਟਰ ਸਤਿ ਸ਼੍ਰੀ ਅਕਾਲ ਤੇ ਵੈਰੀ ਵੈਰੀ ਗੁੱਡ ਈਵਨਿੰਗ ਜੀ ਬਹੁਤ ਸਵਾਗਤ ਜੀ ਹਾਂਜੀ ਪਹਿਲੇ ਤੇ ਮੈਂ ਪਹਿਲੇ ਤੇ ਤੁਹਾਡਾ ਧੰਨਵਾਦ ਕਰਾਂਗਾ ਜਿਹੜਾ ਤੁਸੀਂ ਇਹ ਵਿਲ ਦਾ ਟੌਪਿਕ ਲੈ ਕੇ ਆਏ ਹੋ ਜੀ ਵਿਲ ਤੇ ਜਿਹੜੀ ਹੈਗੀ ਹੈ ਨਾ ਜੀ ਇਹ ਬਹੁਤ ਹੀ ਜ਼ਰੂਰੀ ਹੈ ਅੱਛਾ ਜੀ ਇਹ ਟਰੱਸਟ ਦੇ ਬਿੱਲ ਵਿੱਚ ਜਿਹੜਾ ਫਰਕ ਹੈ ਤੁਸੀਂ ਵੀ ਜ਼ਰੂਰ ਕਲੀਅਰ ਕਰੋ ਤਾਂ ਕਿ ਸਾਡੇ ਦਰਸ਼ਕ ਅਵੇਅਰ ਹੋ ਸਕਣ ਦੇਖੋ ਵਿਲ ਤੇ ਇੱਕ ਚੀਜ਼ ਇਹ ਹੋ ਗਈ ਕਿ ਬਈ ਤੁਸੀਂ ਉਹ ਜਿਹੜਾ ਜਦੋਂ ਤੁਸੀਂ ਪ੍ਰਾਪਰਟੀ ਵੰਡਦੇ ਹੋ ਨਾ ਤੇ ਫਿਰ ਉਸ ਤੋਂ ਬਾਅਦ ਫਿਰ ਜਿਹੜੀ ਹੈਗੀ ਉਹ ਇਨਹੈਰੀਟੈਂਸ ਟੈਕਸ ਪੈਂਦਾ ਕਿਉਂ ਮੈਨੂੰ ਇੰਨੀ ਜ਼ਿਆਦਾ ਨਹੀਂ ਇਨਫੋਰਮੇਸ਼ਨ ਹੋ ਗਈ ਕਿਉਂਕਿ ਮੈਂ ਇੰਨਾ ਟੈਕਨੀਕਲ ਬੰਦਾ ਨਹੀਂ ਹੈ ਕੁਛ ਟੈਕਨੀਕਲ ਬੰਦੇ ਨੂੰ ਲੈ ਕੇ ਆਓ ਕਿਉਂਕਿ ਇਹਦੇ ਉੱਤੇ ਇਨਹੈਰੀਟੈਂਸ ਲੈ ਕੇ ਆਏ ਸੀ ਵਕੀਲ ਹਾਂਜੀ ਉਹਨਾਂ ਨਾਲ ਗੱਲ ਫਿਰ ਦੁਬਾਰਾ ਕਰਾਂਗੇ ਹਾਂਜੀ ਹਾਂ ਫਿਰ ਉਹ ਇਨਹੈਰੀਟੈਂਸ ਜਿਹੜਾ ਟੈਕਸ ਹੁੰਦਾ ਨਾ ਉਹਨੂੰ ਬਚਾਉਣ ਦੇ ਲਈ ਇਹ ਟਰੱਸਟ ਬਣਾ ਦਿੱਤਾ ਜਾਂਦਾ ਅੱਛਾ ਜੀ
ਉਹਦੇ ਵਿੱਚ ਫਿਰ ਕਿਉਂਕਿ ਜਦੋਂ ਕਿਸੇ ਦੇ ਪਿਓ ਦੀ ਤੁਹਾਨੂੰ ਪ੍ਰਾਪਰਟੀ ਮਿਲਦੀ ਹੈ ਤੇ ਉਹ ਫਿਰ ਟੈਕਸ ਦਾ ਲੈਣੇ ਨਾ, ਗੌਰਮੈਂਟ ਦਾ ਖਰਚਾ ਕਿਵੇਂ ਚੱਲਣਗੇ? ਹਾਂਜੀ, ਤੇ ਫਿਰ ਵਕੀਲ ਵੀ ਇਹ ਦੱਸ ਦਿੰਦੇ ਨੇ ਕਿ ਵੀ ਤੁਸੀਂ ਇਹ ਇਨਹੈਰੀਟੈਂਸ ਟੈਕਸ ਨੂੰ ਇੱਕ ਟਰੱਸਟ ਬਣਾ ਦਿਓ, ਉਹਦੇ ਵਿੱਚ ਉਹ ਸ਼ੇਅਰ ਹੋ ਜਾਂਦਾ ਵੀ ਇਸ ਕੰਮ ਦਾ ਇਹਦੇ ਇੰਨੇ ਪਰਸੈਂਟ ਸ਼ੇਅਰ ਨੇ, ਇਹਦੇ ਇੰਨੇ ਪਰਸੈਂਟ, ਤੇ ਆਪੂ ਉੱਥੇ ਮੁਲਾਜ਼ਮ ਬਣ ਜਾਂਦੇ ਨੇ। ਅੱਛਾ ਜੀ, ਇਹ ਜਿਹੜੇ ਇਹ ਮਾਰੀ ਬੁਰਾ ਜਿਹੜੇ ਨਾ ਇਹ ਆਪਣਾ ਕੀ ਕਰਦੇ ਨੇ ਇਹ ਉਹਦੇ ਤੇ, ਫਿਰ ਉਹ ਜਿੰਦਿਆਂ ਜੀ ਜਿਹੜੇ ਹੈਗੇ ਨੇ ਇਹ ਟਰੱਸਟ ਦੀ ਜਿਹੜੀ ਇਹ ਪ੍ਰਾਪਰਟੀ ਉਹਦੇ ਨੌਕਰ ਬਣ ਕੇ, ਉਹਦੇ ਮੈਨੇਜਰ ਵਗੈਰਾ ਬਣ ਕੇ ਉਹਦੇ ਤੇ ਸਾਰੀਆਂ ਸਹੂਲਤਾਂ ਮਾਣਦੇ ਨੇ ਜੀ, ਟੈਕਸ ਬਚਾਉਣ ਦੇ ਕੱਦ ਨੇ, ਤੇ ਇਸ ਕਰਕੇ ਵਿਲ ਕਰਾਓ ਵੀ ਔਰ ਰਜਿਸਟਰ ਵੀ ਕਰਾਓ ਜੀ। ਅੱਛਾ, ਬਹੁਤ ਰਜਿਸਟਰ ਕਰਾ ਕੇ ਉਹਨੂੰ ਕਿਸੇ ਵਕੀਲ ਜੀ ਖੁਰਾਣਾ ਸਾਹਿਬ। ਹਾਂਜੀ, ਇੱਥੇ ਪੰਜਾਬ ਦੀ ਵੀ ਨਾਲ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਇਹ ਰੁਝਾਨ ਹੈਗਾ ਜਾਂ ਹੋਣਾ ਚਾਹੀਦਾ? ਦੇਖੋ, ਰੁਝਾਨ ਜਿਹੜਾ ਪੰਜਾਬ 'ਚ ਉਸ ਵਕਤ ਜਿਹੜੀ ਪ੍ਰਾਪਰਟੀ ਹੁੰਦੀ ਸੀ ਨਾ, ਉਹ ਜ਼ਿਆਦਾ ਜਿਹੜੀ ਜ਼ਿਆਦਾ ਹੁੰਦੀ ਸੀ ਬਾਪ ਦਾਦਿਆਂ ਦੀ ਹੁੰਦੀ ਸੀਗੀ ਜੀ, ਤੇ ਉਹ ਜਿਹੜੀ ਬਾਪ ਦਾਦਿਆਂ ਦੀ ਹੈਗੀ ਸੀ ਨਾ, ਉਹ ਪਿਓ ਦੀ ਉੱਤੇ ਮਰਜ਼ੀ ਦੀ ਸੀ ਚੱਲਦੀ, ਉਹ ਸਾਰਿਆਂ ਨੂੰ ਇੱਕੋ ਹਿਸਾਬ ਨਾਲ ਵੰਡਣੀ ਪੈਂਦੀ ਸੀ ਉਹ ਜੀ। ਜੀ, ਬਹੁਤ ਵਧੀਆ, ਕਿਉਂਕਿ ਜਿਹੜਾ ਜਿਹੜਾ ਪੁੱਤਰ ਹੁੰਦਾ ਨਾ ਉਹ ਪਿਓ ਦੀ ਪ੍ਰਾਪਰਟੀ ਤੇ ਜਿਹੜੀ ਦਾਦੇ ਪੜਦਾਦੇ ਜਿਹੜੀ ਆ ਰਹੀ ਹੈ ਨਾ, ਉਹ ਪਿਓ ਦੇ ਹਿੱਸੇ ਉਹਨੂੰ ਹਿਸਾਬ ਨਾਲ ਕਰਨੇ ਪੈਣਗੇ, ਉਹਦੇ 'ਚ ਵਿਲ ਕਰਾ ਨਹੀਂ ਗਾ, ਉਹਦੇ 'ਚ ਉਹਦੀ ਉਹਦੀ ਕੋਈ ਵਿਲ ਜਿਹੜੀ ਹੁੰਦੀ ਹੈ ਨਾ, ਉਹਦੀ ਮਰਜ਼ੀ ਕਿ ਉਹਦੀ ਉਹ ਮਰਜ਼ੀ ਨਹੀਂ ਚੱਲ ਸਕਦੀ ਉਹਦੇ 'ਚ ਜੀ। ਜੀ ਜੀ, ਤੇ ਇਸ ਕਰਕੇ ਉੱਥੇ ਇੰਨਾ ਰੁਝਾਨ ਇਸ ਕਰਕੇ ਨਹੀਂ ਸੀ ਹੁੰਦਾ, ਪਰ ਇੱਥੇ ਜਿਹੜੀ ਹੈ ਇਨਹੈਰੀਟੈਂਸ ਜਿਹੜੀ ਹੈਗੀ ਨਾ ਉਹ ਟੈਕਸਿਸ ਬੜੇ ਨੇ ਜੀ, ਇਸ ਕਰਕੇ ਉਹ ਟਰੱਸਟ ਬਣਾ ਦਿੰਦੇ ਨੇ, ਔਰ ਜਿਹਦੀਆਂ ਜਿਹੀਆਂ ਕੰਪਨੀ ਦੇ ਸ਼ੇਅਰ ਵੇਚ ਦਿੰਦੇ ਨੇ ਪਬਲਿਕ ਲਿਮਿਟਡ ਜਦੋਂ ਕਰ ਦਿੱਤੀ, ਉਹਦੇ ਵਿੱਚ ਫਿਰ ਉਹ ਆਪਣੇ ਬੱਚਿਆਂ ਨੂੰ ਉਸ ਹਿਸਾਬ ਨਾਲ ਸ਼ੇਅਰ ਦੇ ਦਿੰਦੇ ਨੇ, ਇਵਨ ਜਿਹੜੇ ਇੰਪਲਾਈਜ਼ ਹੁੰਦੇ ਨੇ ਉਹਨਾਂ ਨੂੰ ਵੀ ਸ਼ੇਅਰ ਦੇ ਦਿੰਦੇ ਨੇ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਜੀ ਤੁਸੀਂ ਜੀ। ਸਤਿ ਸ਼੍ਰੀ ਅਕਾਲ ਜੀ, ਧਿਆਨ ਫੋਨ ਵੱਲ ਨਹੀਂ, ਸਾਡੇ ਤਾਂ ਦਰਸ਼ਕ ਜਿਹਨਾਂ ਦੀ ਵੀ ਕਾਲ ਹੈਗੀ 503 ਏਰੀਆ ਕੋਡ ਤੋਂ ਕਾਲ ਸੀਗੀ, ਅਤੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਕੋਸ਼ਿਸ਼ ਕਰਾਂਗੇ ਜੇ ਕਾਲ ਰਹੀ ਇਹਨਾਂ ਦੀ ਤਾਂ ਕਾਲ ਲਵਾਂਗੇ, ਅਤੇ ਨਹੀਂ ਤਾਂ ਫਿਰ ਹਾਲ ਇੱਕ ਬ੍ਰੇਕ ਲੈਂਦੇ ਹਾਂ। ਅਤੇ ਟਰੱਸਟ ਦੀ ਵਿਲ ਦੀ ਗੱਲ ਚੱਲਦੀ ਹੈ, ਤੁਸੀਂ ਇਹਦੇ ਬਾਰੇ ਕੋਈ ਵੀ ਸਲਾਹ ਦੇ ਸਕਦੇ ਹੋ, ਕੋਈ ਗੱਲ ਕਰਨੀ ਚਾਹੋ ਕਰ ਸਕਦੇ ਹੋ। ਨਾਲ ਦੇ ਬ੍ਰੇਕ ਦੇ ਜਾਣ ਤੋਂ ਪਹਿਲਾਂ ਮੈਂ ਜਿਹੜਾ ਇੱਕ ਹੋਰ ਅਨਾਊਂਸਮੈਂਟ ਆ ਜ਼ਰੂਰੀ ਸੀ ਸ਼ੁਰੂ 'ਚ ਕਰਨੀ, ਕਿ 24 ਜੁਲਾਈ ਨੂੰ ਅਸੀਂ ਇੱਥੇ ਮਿਸ ਐਂਡ ਮਿਸਿਜ਼ ਪੰਜਾਬਣ ਦਾ ਇੱਥੇ ਰੱਖਿਆ ਹੋਇਆ ਜੀ ਮੀਟ ਐਂਡ ਗੀਟ ਸਟੂਡੀਓ ਦੇ ਵਿੱਚ। ਸਾਡੇ ਕਿੰਮੀ ਵਰਮਾ ਜੀ ਆਉਣਗੇ, ਉਹ ਸਾਰਾ ਕੁਝ ਕਰ ਰਹੇ ਨੇ, ਉਹਨਾਂ ਦੀ ਕੰਪਨੀ ਜਿਹੜੀ ਕਰ ਰਹੀ ਆ, ਅਸੀਂ ਵੀ ਨਾਲ ਕਰ ਰਹੇ ਹਾਂ ਮਿਸ ਐਂਡ ਮਿਸਿਜ਼ ਪੰਜਾਬਣ। ਮਿਸ ਕੁੜੀਆਂ ਆਪਣੀਆਂ ਦੇ ਨਾਲ ਜਿਹੜੀਆਂ ਲੇਡੀਜ਼ ਨੇ ਵਿਆਹੀਆਂ ਹੋਈਆਂ, ਉਹਦੇ 'ਚ ਕੋਈ ਬੰਦਿਸ਼ ਨਹੀਂ ਹੈ ਵੀ ਕਿਸੇ ਕੋਈ ਵਿਡੋ ਆ ਜਾਂ ਕੋਈ ਸਿੰਗਲ ਹੈ ਉਸ ਤੋਂ ਬਾਅਦ, ਅਤੇ ਸਾਰੀਆਂ ਭਾਗ ਲੈ ਸਕਦੀਆਂ, ਕੋਈ ਭਾਰ ਭੂਰ ਦੀ ਕੋਈ ਨਹੀਂ, ਕੋਈ ਉਮਰ ਦੀ ਕੋਈ ਲਿਮਿਟ ਨਹੀਂ ਹੈਗੀ। ਸੋ ਤੁਸੀਂ ਕਾਲ ਕਰ ਸਕਦੇ ਹੋ ਸਾਡੀ ਸਕਰੀਨ ਦੇ ਉੱਪਰ ਜਿਹੜਾ ਮੇਰਾ 209-450-3320 ਉੱਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਮਿਸ ਐਂਡ ਮਿਸਿਜ ਪੰਜਾਬਣ ਦੀ, ਉਹਦੀ ਲੈ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ, ਦੇਖਦੇ ਰਹੋ ਜਸ ਪੰਜਾਬੀ ਜੀ। ਥੋੜ੍ਹਾ ਜਿਹਾ ਸਮਾਂ ਹੈਗਾ, ਗੱਲ ਅਸੀਂ ਵਸੀਅਤ ਦੀ ਕਰ ਰਹੇ ਸੀਗੇ, ਪਰ ਇੱਕ ਜਿਹੜਾ ਵਹਿਮ ਸਾਡੇ ਦਿਮਾਗ ਦੇ ਵਿੱਚ ਇਹ ਹੈਗਾ ਸੀਗਾ ਵੀ ਅਗਰ ਵਸੀਅਤ ਕਰਤੀ ਤਾਂ ਕਈ ਵਾਰੀ ਪਹਿਲਾਂ ਹੀ 19 ਕਿ ਨਹੀਂ ਹੁੰਦੀ, ਪਰ ਇਹ ਕਲੀਅਰ ਹੈ ਕਿ ਜੇ ਵਸੀਅਤ ਦੇ ਵਿੱਚ ਇਹ ਲਿਖਿਆ ਵੀ ਉਹਦੇ ਬੰਦੇ ਦੀ ਡੈਥ ਤੋਂ ਬਾਅਦ ਇਹ ਸਾਰੇ ਜਾਣੇ ਹੱਕਦਾਰ ਹੈਗੇ ਨੇ, ਤਾਂ ਫਿਰ ਹੀ ਉਹ ਹੱਕਦਾਰ ਹੈਗੇ ਆ, ਉੱਦਾਂ ਅਦਰਵਾਈਜ਼ ਜਿੰਦੇ ਜੀ ਹੱਕਦਾਰ ਨਹੀਂ ਹੈਗੇ। ਪਰ ਅਸੀਂ ਅਮਰੀਕਾ ਦੀ ਗੱਲ ਕਰੀਏ, ਅਮਰੀਕਾ 'ਚ ਬੈਠੇ ਤਾਂ ਅਮਰੀਕਾ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਰੁਝਾਨ ਵਿਚਾਰ ਹੈ ਨਹੀਂ ਸੀਗਾ ਪਹਿਲੀ ਗੱਲ ਤਾਂ, ਪੰਜਾਬ ਦੇ 60-70% ਲੋਕ ਜਿਹੜੇ ਨੇ ਉਹਨਾਂ ਕੋਲ ਇਹੋ ਜਿਹਾ ਕੁਛ ਹੈ ਹੀ ਨਹੀਂ ਜਿਹਦੀ ਵਸੀਅਤ ਕਰਨੀ ਕਰਨ ਦੀ ਜ਼ਰੂਰਤ ਹੋਵੇ। ਕੁਛ ਕੁ ਹੈਗੇ ਨੇ ਜਿਨ੍ਹਾਂ ਦੇ ਕੋਈ ਪ੍ਰੋਬਲਮ ਨਹੀਂ ਆਉਂਦੀ, ਅਤੇ ਕਈਆਂ ਦੇ ਚਾਹੇ ਵਸੀਅਤ ਕੀਤੀਆਂ ਵੀ ਹੋਣ ਤਾਂ ਵੀ ਸਮੱਸਿਆ ਆ ਜਾਂਦੀ ਹੈ। ਇਧਰਲੇ ਮੁਲਕਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਜ਼ਰੂਰੀ ਹੈ ਇਹ ਚੀਜ਼ ਜਿਹੜੀ ਅਸੀਂ ਇਹ ਗੱਲ ਕਰਦੇ ਹਾਂ ਕਿ ਅਗਰ ਅਸੀਂ ਵਸੀਅਤ ਨਹੀਂ ਕਰਦੇ ਤਾਂ ਕੁਛ ਲੋਕ ਇਹ ਕਹਿੰਦੇ ਨੇ ਵੀ ਉਹ ਪ੍ਰਾਪਰਟੀ ਜਿਹੜੀ ਹੈ ਗੌਰਮੈਂਟ ਨੂੰ ਚਲੇ ਜਾਂਦੀ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਮੇਰੇ ਖਿਆਲ ਦੇ ਵਿੱਚ ਕਿੰਨੀ ਪ੍ਰਾਪਰਟੀ ਹੋਏਗੀ, ਕਿੰਨੇ ਐਸੇ ਲੋਕ ਹੋਣਗੇ ਜਿਨ੍ਹਾਂ ਦੀ ਅਸੀਂ ਕਹਿ ਦਿੰਦੇ ਜੀ ਸਟੇਟ ਦੀ ਸੇਲ ਲੱਗੀ ਆ, ਸਟੇਟ ਹਾਊਸ ਸਟੇਟ ਦਾ ਗਿਆ ਹੈਗਾ, ਸਟੇਟ ਵੱਲੋਂ ਹਾਊਸ ਸੇਲ 'ਤੇ ਲਾਇਆ ਹੋਇਆ ਵਾ, ਬੈਂਕ ਵੱਲੋਂ ਲਾਇਆ ਹੋਇਆ, ਤਾਂ ਇਹੋ ਜਿਹੇ ਬਹੁਤ ਪ੍ਰੋਪਰਟੀ ਹੈਗੀ ਆ ਜਿਹੜੀ ਗੌਰਮੈਂਟ ਨੂੰ ਚਲੇ ਵੀ ਜਾਂਦੀ ਹੈ। ਪਰ ਉਹਦਾ ਇਹ ਨਹੀਂ ਮਤਲਬ ਕਿ ਅਸੀਂ ਅਗਰ ਵਸੀਅਤ ਨਹੀਂ ਕਰਾਉਂਦੇ ਤਾਂ ਜਾਂਦੀ, ਉਹਦੇ ਕਈ ਹੋਰ ਵੀ ਕਾਰਨ ਹੋ ਸਕਦੇ ਆ। ਪਰ ਕਈ ਵਾਰ ਅਗਰ ਵਸੀਅਤ ਨਹੀਂ ਕਰਾਈ ਤਾਂ ਕੋਈ ਨੌਕਰੀ ਕਾਗਜ਼ਾਂ 'ਤੇ ਢਿੱਲਮੱਠ ਹੈਗੀ ਆ, ਅਤੇ ਫਿਰ ਬੜਾ ਔਖਾ ਹੋ ਜਾਂਦਾ। ਜਿਵੇਂ ਸਾਡੇ ਉਹ ਕਾਲਰ ਨੇ ਦੱਸਿਆ ਵੀ ਉਹਨਾਂ ਨੂੰ ਬਹੁਤ ਔਖਾ ਹੋਇਆ ਬਾਅਦ ਦੇ ਵਿੱਚ, ਬੱਚਿਆਂ ਨੂੰ ਦੋਨਾਂ ਦੀ ਹਸਬੈਂਡ ਵਾਈਫ ਦੀ ਡੈਥ ਹੋ ਗਈ, ਅਤੇ ਉਦੋਂ ਬਾਅਦ ਬੱਚਿਆਂ ਨੂੰ ਘਰ ਆਪਣੇ ਨਾਮ ਕਰਵਾਉਣ ਦੇ ਵਿੱਚ ਬਹੁਤ ਜ਼ਿਆਦਾ ਔਖੇ ਹੋਣਾ ਪਿਆ, ਬਹੁਤ ਜ਼ਿਆਦਾ ਪੈਸੇ ਵੀ ਲੱਗੇ, ਬਹੁਤ ਜ਼ਿਆਦਾ ਟਾਈਮ ਵੀ ਇਹਦਾ ਵੇਸਟ ਹੋਇਆ।
ਸੋ ਇਸ ਕਰਕੇ ਮੈਂ ਵੀ ਅੱਜ ਹੀ ਹੁਣ ਫੈਸਲਾ ਕੀਤਾ, ਮੈਂ ਪਹਿਲਾਂ ਨਹੀਂ ਫੈਸਲਾ ਕੀਤਾ ਸੀ ਵੀ ਸਵੇਰੇ ਚਲੋ ਜਾਵਾਂਗੇ ਇਹਨਾਂ ਕੋਲੋਂ ਅਤੇ ਇਹ ਕਰਾ ਲੈਣੀ ਚਾਹੀਦੀ ਹੈ। ਸੋ ਤੁਸੀਂ ਵੀ ਜਿਹੜੇ ਹੈਗੇ ਨੇ ਸਾਡੇ ਪੰਜਾਬੀ ਦਰਸ਼ਕ ਕਿਤੇ ਬੈਠੇ ਹੈਗੇ ਆ, ਸੋ ਇਸ ਚੀਜ਼ ਦਾ ਧਿਆਨ ਰੱਖੋ। ਸੌਖਾ ਰਹਿੰਦਾ ਕੰਮ, ਕਾਫੀ ਦਿਮਾਗ ਦੇ ਉੱਤੋਂ ਟੈਨਸ਼ਨ ਜਿਹੜੀ ਆ ਘੱਟ ਜਾਂਦੀ ਆ। ਸੋ ਉਮੀਦ ਕਰਦੇ ਜੀ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਏਗੀ ਜ਼ਰੂਰ। ਔਰ ਖਾਸ ਤੌਰ 'ਤੇ ਇਹ ਵਸੀਅਤ ਦੀ ਜਿਹੜੀ ਗੱਲ ਕੀਤੀ ਹੈ, ਵਸੀਅਤ ਦੀ ਗੱਲ ਤਾਂ ਸਾਡੇ ਕਰਨੀ ਬਣਦੀ ਵੀ ਆ। ਸਾਡੇ ਇਹ ਲੰਬੇ ਸਮੇਂ ਤੋਂ ਸਾਡੇ ਪਰਿਵਾਰਾਂ ਦੇ ਵਿੱਚ ਇਹ ਚੀਜ਼ ਹੈਗੀ ਆ, ਵੰਡ ਵਡਾਈਆ ਹੁੰਦਾ ਆਇਆ, ਲੜਾਈ ਝਗੜੇ ਵੀ ਹੁੰਦੇ ਆਏ, ਕਤਲ ਵੀ ਹੁੰਦੇ ਆਏ ਨੇ। ਬਹੁਤ ਦੁੱਖ ਉਦੋਂ ਹੁੰਦਾ ਜਦੋਂ ਜ਼ਮੀਨ ਪਿੱਛੇ ਵਸੀਅਤ ਨਹੀਂ ਕੀਤੀ ਹੁੰਦੀ ਅਤੇ ਇੱਕ ਭਰਾ ਦੂਜੇ ਨੂੰ ਕਤਲ ਕਰ ਦਿੰਦਾ ਅਤੇ ਦੂਜਾ ਮੁੜ ਕੇ ਸਾਰੀ ਉਮਰ ਜੇਲ੍ਹ ਦੇ ਵਿੱਚ ਅਤੇ ਉੱਥੇ ਫਿਰ ਚੁੱਲ੍ਹਿਆਂ 'ਚ ਘਾ ਉੱਗ ਪੈਂਦੇ ਆ। ਸੋ ਵਸੀਅਤ ਕਰਾ ਲੈਣੀ ਚਾਹੀਦੀ ਆ। ਤੋ ਈਮੇਲ ਕਰ ਸਕਦੇ ਹੋ ਮੈਨੂੰ ਕਿਸੇ ਵੀ ਗੱਲ ਵਾਸਤੇ, ਆ ਮਿਸ ਪੰਜਾਬਣ, ਮਿਸ ਐਂਡ ਮਿਸਿਜ ਪੰਜਾਬਣ ਜਿਹੜਾ ਹੋ ਰਿਹਾ ਉਹਦੇ ਬਾਰੇ ਵੀ ਕੋਈ ਜਾਣਕਾਰੀ ਚਾਹੁੰਦੇ ਤਾਂ ਵੀ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਅਤੇ ਬਾਕੀ 24 ਜੁਲਾਈ ਦਿਨ ਸ਼ਨੀਵਾਰ ਪੈਂਦਾ ਅਤੇ ਅਸੀਂ ਸਾਰੇ ਇੱਥੇ ਹੋਵਾਂਗੇ, ਰੌਣਕ ਮੇਲਾ ਹੋਏਗਾ ਪੂਰਾ। ਅਤੇ ਸਾਡੇ ਜਿਹੜੇ ਵੀ ਦਰਸ਼ਕ ਬੇਸ਼ੱਕ ਉਹਨਾਂ ਨੇ ਪਾਰਟੀਸਪੇਟ ਕਰਨਾ ਨਹੀਂ ਕਰਨਾ ਤਾਂ ਜ਼ਰੂਰ ਇੱਥੇ ਪਹੁੰਚੋ, ਆ ਕੇ ਆਪਾਂ ਮਿਲਾਂਗੇ, ਮੀਟ ਐਂਡ ਗ੍ਰੀਟ ਕਰਾਂਗੇ ਜਿਹੜੇ ਪਾਰਟੀਸਪੈਂਟ ਹੋਏ ਉਹਨਾਂ ਦੇ ਨਾਲ ਵੀ ਅਤੇ ਨਾਲ ਕਿੰਮੀ ਵਰਮਾ ਜੀ ਦੇ ਨਾਲ ਵੀ। ਹੁਣ ਮੈਨੂੰ ਆ ਗਿਆ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।